ਕਿਤੇ ਲੈ ਉਹਨੂੰ ਬੱਕਰੀ ਵਾਲੇ ਨਾਲ ਮਿਲੀ ਕਬੂਤਰ ਲੈ ਆਇਆ ਬਾਈ ਉਹ ਆਂਦਾ 1050 ਰੁਪਏ ਦੇ ਦੋ ਬਹੁਤ ਹੈ ਤੂੰ ਆਂਦਾ ਨਹੀਂ 100 ਚੱਕ ਜਿਹੜੀ ਗੱਲ ਕਰੀ ਹੈ ਇਹ ਆਂਦਾ ਕਬੂਤਰ ਦੀ ਗੱਲ ਨਹੀਂ ਇਹ ਮੇਰੇ ਦਿਲ ਦਾ ਟੁਕੜਾ ਜਿਹੜੇ ਤਾਂ ਜੱਸੂ ਵਾਲਾ ਹੈ ਇਹ ਤਾਂ ਨਹੁੰਦਰਾਂ ਕਾਲੀਆਂ ਤੇ ਚਿੱਟੀਆਂ ਅੱਖਾਂ ਤੇ ਕਾਲੀ ਨੂਰ फतेह प्रोडक्शन यूट्यूब चैनल देखने वाले सारे सज्जना मित्रां नूं जी साडी प्यार भरी सत श्री अकाल। एक बारी फिर प्रोग्राम लैके हाजिर होए हैं जी एक शौक कबूतरबाजी का। असी अज पहुँचे हाँ बठिंडे जिले के पिंड गुमटी कलां जिथों के स्टार कबूतरबाज बाई परमजीत सिंह जी जिन्होंने असी प्यार नाल कत्ता जी कह दिंदे हां। कबूतरबाजी जगत के विच कत्ता गुमटी के नाम नाल मशहूर ने। मुलाकात कराउणे आ जी तुहाडी अज उहनां नाल। सति श्री अकाल जी। होर बाई जी की हाल है? सति श्री अकाल। ये बाई जी कदों मैनू शौक पिया मुतियार सिंह निंग सी महाराज का धन्ने का हाणी हो ठीक है जी। उन्हें मैनू बई कबूतर बहुत दिते किन्ने भी कह दिए तो आंडे भी दिता सी ते ओ भी दिता बच्चे बुच्चे होर मैनू कमजोरे बच्चे भी दे दिता सी बहुत उड़ते हाँ रह जाते बई बहुत दिते बस ਉਹ ਬੰਦੇ ਦਾ ਆਪਾਂ ਬਈ ਸਾਰੀ ਉਮਰ ਦੇਣ ਨਹੀਂ ਦੇ ਸਕਦੇ। ਮੁਖਤਿਆਰ ਸਿੰਘ ਜੀ ਨਿੰਗ ਨਿੰਗ ਕਿਹੜੇ ਸਾਲ ਦੀ ਆ? ਕਿਹੜੇ ਸਾਲ ਦੇ ਵਿੱਚ ਸ਼ੌਂਕ ਪਿਆ ਜੀ ਤੁਹਾਨੂੰ ਕਬੂਤਰਾਂ ਦਾ? ਬਾਈ ਜੀ ਮੈਨੂੰ ਮੇਰਾ ਵੀ ਨਾ ਵੀ ਤਾਂ ਨਿੱਕੇ ਹੁੰਦੇ ਨੂੰ ਠੀਕ ਹੈ ਜੀ ਜਦੋਂ ਛੋਟੇ ਹੁੰਦੇ ਸੀ ਜਮਾਂ ਹੀ ਆਸ ਗਵਾਂਢ 'ਚ ਰੱਖੇ ਜਾਂ ਆ ਤੁਹਾਡੇ ਪਰਿਵਾਰ 'ਚ ਤੁਸੀਂ ਰੱਖੇ ਕਬੂਤਰ? ਇਹ ਯਾਰ ਪਹਿਲਾਂ ਕਿਤੇ ਮੇਰੇ ਦਾਦੇ ਦੇ ਰੱਖੇ ਹੁੰਦੇ। ਠੀਕ ਹੈ ਖੂਨ 'ਚ ਆ ਗਈ ਗੱਲ। ਬਸ ਮੈਨੂੰ ਉਹ ਸ਼ੌਂਕ ਪੈ ਗਿਆ ਚਾਹੇ ਆਪਾਂ ਉਹਦੇ 'ਤੇ ਉੱਠ ਕੇ ਬਾਈ ਕਿਵੇਂ ਲਾ ਲਾ। ਫਿਰ ਪਿੰਡ 'ਚ ਦੇਖਣ ਜਾਂਦੇ ਸੀ ਜੀ ਕਿਸੇ ਪਿੰਡ ਮੈਂ ਜਵਾਨੀ ਦਾ ਮੁੱਲ ਲੈ ਕੇ ਆਉਂਦਾ ਰਿਹਾ ਕੰਦੀ ਜੋਰ ਤੋਂ 25 ਪੈਸਿਆਂ ਦਾ ਕਬੂਤਰ ਆ ਜਾਂਦਾ ਜੀ। ਉਹਨੇ ਭੱਜ ਜਾਣਾ ਫਿਰ ਉਹਨੇ ਦਸੀ ਦਾ ਦੇ ਦੇਣਾ। ਠੀਕ ਹੈ ਉਹੀ ਗਿੱਜਾ ਵਾ ਕਬੂਤਰ ਦੇ ਦਿੰਦੇ ਸੀਗੇ ਉਹ ਅੱਗੇ ਉਹ ਤਾਂ ਬਾਈ ਐਂ ਹੀ ਹੁੰਦਾ ਚਲਾਕੀਆਂ ਖੇਡ ਜਾਂਦੇ 5 ਰੁਪਏ ਬਾਜੀ 10 ਰੁਪਏ ਬਾਜੀ ਠੀਕ ਹੈ ਐਦੂ ਵੱਧ ਨਹੀਂ ਸੀ। ਠੀਕ ਹੈ ਜੀ ਐਵੇਂ ਕਹਿ ਦਈਏ ਮਹਾਰਾਜ ਵਾਲੇ ਨੇ ਗਨੇ ਆਪਾਂ ਨੂੰ ਹਜੇ ਵੀ ਬੈਠਿਆ ਬਾਈ। ਠੀਕ ਹੈ ਜੀ ਉਦੋਂ ਬਾਅਦ ਆ ਗਿਆ ਮੋਹਣਸ। ਠੀਕ ਹੈ ਜੀ ਮੋਹਣਸ ਨਾਲ ਪ੍ਰੇਮ ਸੀ ਆਪਣਾ ਮੈਂ ਗੱਲ ਮੁਕਾਈ ਯਾਰ ਦੁਨੀਆਂ 'ਤੇ ਨਾ ਤਾਂ ਪਿਆਰ ਬਾਈ ਬਣੇ ਅਤੇ ਨਾ ਬਣ ਸਕਦਾ। ਠੀਕ ਹੈ ਜਿਹੜਾ ਪਿਆਰ ਤੁਹਾਡਾ ਸੀਗਾ ਮੈਂ ਨਾ ਡੀ ਸੀ ਨੂੰ ਪੁੱਛ ਲਈ ਬੇਗੇ ਦੇ ਵਿੱਚ। ਠੀਕ ਹੈ ਜੀ ਉੱਥੇ ਵੀ ਆਪਾਂ ਉਹਦੀ ਇੱਜ਼ਤ ਕੀਤੀ। ਠੀਕ ਹੈ ਜੀ ਬਾਜੀਆਂ ਕਿਹੜੇ ਸੰਨ ਤੋਂ ਛੱਡਣ ਲੱਗੇ ਜੀ ਤੁਸੀਂ? ਮੈਂ ਤਾਂ ਯਾਰ ਬਈ ਬਾਲਾ ਚਿਰ ਹੋ ਗਿਆ ਕਿਹੜੇ ਆ ਜਿਹੜੀਆਂ ਛੜਕਾਂ ਬਣੀਆਂ। ਹਾਂਜੀ ਇਹ ਛੜਕਾਂ ਨਹੀਂ ਸੀ ਪਿੰਡਾਂ ਨੂੰ ਬਸ ਇੰਨਾ ਕੀ ਯਾਦ ਕਮਿਆ ਤੁਹਾਡੇ ਬਨਾਲੇ ਨੂੰ ਛੜਕ ਜਾਂਦੀ ਹੈ ਬਸ ਮੇਨ ਸੜਕਾਂ ਹੁੰਦੀਆਂ ਸੀ ਵੱਡੇ ਰੋਡ ਇੱਕ ਜਾਂਦੀ ਸੀ ਪੱਤੋ ਨੂੰ ਮੋਗੇ ਨੂੰ। ਠੀਕ ਹੈ ਆ ਜਿਹੜੇ ਟੁੱਟਵੇਂ ਆ ਪਿੰਡ ਵਾਲੇ ਰਾਹ ਨੇ ਇਹ ਬਈ ਜਾਂ ਡੰਡੀਆਂ ਹੁੰਦੀਆਂ ਬਾਈ ਕੱਚੇ ਰਾਹ ਸੀ। ਹਾਂ ਡੰਡੀਆਂ ਰਾਹ ਵੀ ਨਹੀਂ ਡੰਡੀਆਂ। ਠੀਕ ਹੈ ਇੱਥੋਂ ਜਲਾਲੂ ਅਸੀਂ ਤੁਰ ਪੈਂਦੇ ਰੌਂਤੇ ਨੂੰ ਇੱਕ ਡੰਡੀ। ਠੀਕ ਹੈ ਆ ਹੁਣ ਘੰਡਾ ਬੰਨੇ ਹੁੰਦਾ ਸੜਕ ਬਣੀ ਵੀ ਹੈ। ਹਾਂਜੀ ਹਾਂ ਹਾਂ ਪੂਰੀ ਵਧੀਆ ਸੜਕ ਹੁੰਦਾ ਉਦੋਂ ਡੰਡੀ ਬਾ ਪੈਰਾਂ ਦੀ ਬਾ ਪਿੰਜਰੇ ਜਾਂ ਸਿਰ ਤੇ ਧਰ ਲੈਂਦੇ 12 ਵਜੇ ਬਾਈ ਚਾਹ ਪੀ ਕੇ ਤੁਰ ਪੈਂਦੇ। ਕਿੰਨਾ ਕੁ ਮੁੱਢ ਹੁੰਦਾ ਸੀ ਬਾਈ ਉਦੋਂ ਬਾਜੀਆਂ ਦੇ? ਪਹਿਲਾਂ ਤਾਂ ਹੁੰਦਾ ਸੀ ਬਾਈ 5 ਰੁਪਏ। ਕਿਹੜੇ ਸਾਲ ਦੀ ਗੱਲ ਹੋ ਤੁਹਾਡੀ? ਇਹ ਤਾਂ ਬਾਈ ਉਦੋਂ ਜਨਮ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਪਹਿਲਾਂ ਤੋਂ ਪਹਿਲਾਂ ਉਦੋਂ ਬਾਜੀਆਂ ਛੁੱਟੀਆਂ ਮੇਰਾ ਤਾਇਆ ਲਾਲ ਦਾਦਾ ਦੀ। ਠੀਕ ਹੈ ਲਾਲ ਗੁੰਮਟੀ ਜੀ ਸਭ ਤੋਂ ਦੋਸਤੋ ਲਾਲ ਗੁੰਮਟੀ ਜੀ ਦਾ ਨਾਮ ਲੈਤਾ ਇਹਨਾਂ ਨੇ ਬਹੁਤ ਪੁਰਾਣੇ ਖਿਡਾਰੀ ਕੋਈ ਵੀ ਨਾਂ ਲੈਂਦਾ ਉਹਨਾਂ ਦਾ ਬਹੁਤ ਹੀ ਜ਼ਿਆਦਾ ਆਪਦੇ ਸਮਿਆਂ ਦੇ ਬਹੁਤ ਮਸ਼ਹੂਰ। ਉਹਨੇ ਮੈਨੂੰ ਇਹ ਦੱਸਿਆ ਹਾਂਜੀ ਵੀ 5 ਰੁਪਏ 10 ਰੁਪਏ ਹਾਂਜੀ ਉਹਨੇ ਡੱਬਾ ਇੱਥੇ ਫੂਡ ਛੱਡਿਆ ਸੀ 15 ਚੇਤ ਨੂੰ। ਪੋਡੀ ਪੱਗ ਤੇ ਬਹੁਤ ਰੱਖਦੀ ਠੇਕੇਦਾਰਾਂ ਨੇ ਜੂੜਿਆਂ ਦੇ ਮਾਰਿਆਂ ਨੇ ਕਬੂਤਰ 3 ਹੋਏ ਤੇ ਮੇਰੇ ਪਿੰਡ ਦਾ ਬਾਬਾ ਕਨੈਲੀ ਜਿੱਤਿਆ ਬੋਤਲ ਮਿਲ ਗਈ ਇਹਨਾਂ ਨੂੰ ਮੈਂ ਵੀ ਨਾਲ ਉਦੋਂ ਆਪਾਂ ਕਿਹੜਾ ਇਹੋ ਜਿਹੇ ਸੀਗੇ ਇੰਨੀ ਕੁ ਲਾਉਣ ਤੇ ਥਾਪੀਆਂ ਮਾਰਨ ਇੱਕ ਬੋਤਲ ਨਾਲ ਮੈਨੂੰ ਇਹਦਾ ਵੀ 2 ਦਿਨ ਲੰਘਾ ਲਈ ਹੁਣ। ਠੀਕ ਹੈ
ਇਹੋ ਜਿਹਾ ਯੁੱਗ ਸੀ ਬਾਈ। ਠੀਕ ਹੈ, ਹੁਣ ਤਾਂ ਬਾਈ ਯਾਰ ਕੁੱਲ ਬੰਦਾ ਮੌਜਾਂ ਕਰਦਾ। ਉਹਦਾ ਉਦੋਂ ਤੇ ਉਹ ਪ੍ਰੇਮ ਵੀ ਬਹੁਤ ਹੁੰਦਾ ਸੀ, ਇਹੀ ਗੱਲ ਤਾਂ ਹੈ। ਤੁਸੀਂ ਕਿੰਨੇ ਰੁਪਈਆਂ 'ਚ ਸਭ ਤੋਂ ਪਹਿਲਾਂ ਬਾਜੀ ਛੱਡੀ ਆ ਜੀ? ਮੈਂ 10 ਰੁਪਏ ਬਾਈ ਆਇਆ ਸਾ, ਅੱਧ ਲਾ ਰੁਪਏ ਮਿਲ ਜੀ। ਠੀਕ, ਦਿਆਲਪੁਰਾ ਮਿਲ ਜਾਏਗਾ। ਹਾਂ, 10 ਰੁਪਈਏ ਮੁੱਢ ਸੀ। ਹਾਂ, ਕਿਹੜੇ ਸੰਨ ਦੀ ਗੱਲ, ਸੰਨ ਹੀ ਜ਼ਿਆਦਾ ਹੈਗਾ। ਉਹ ਤਾਂ ਬਾਈ ਯਾਰ ਕਿੰਨੇ ਕਬੂਤਰ ਹੋਏ ਸੀਗੇ ਜੀ ਉਦੋਂ? ਤੇ ਉਦੋਂ 5 ਪੰਜ ਕਬੂਤਰ ਛੁੱਟੇ ਸੀ। ਫਿਰ ਲਾਲ ਨੇ ਮੇਰੇ 10 ਰੁਪਏ ਮੁੜਵਾਏ ਵੀ ਮੇਰੇ ਤਾਏ ਨੇ, ਆਂਦਾ ਸਾਂਝੀ ਫੇਰ ਕਰੂੰ ਜੇ 10 ਰੁਪਏ ਦੇ ਮੋੜੋਂਗੇ। ਉਹ 5 ਕਬੂਤਰਾਂ 'ਚ ਵੀ ਸਾਂਝੀ ਹੋ ਗਈ? ਉਹ ਤੂੰ ਭੱਜ ਲੈਂਦੇ ਸੀ। ਅੱਛਾ, ਕਿੰਨੇ ਕੁ ਵਜੇ ਬਾਜੀ ਮੁੱਕ ਜਾਂਦੀ ਸੀਗੀ ਬਾਈ? ਉਦੋਂ ਵਿੱਚ ਤਾਂ ਦਿਨ ਵੀ ਛਪਾ ਜਾਂਦੇ। ਠੀਕ, ਦੂਸਰਾ ਵੀ ਮੁੜਦੇ ਨਹੀਂ ਉਹਨਾਂ ਦਿਨਾਂ 'ਚ 25 ਰੁਪਈਆਂ 'ਚ। ਠੀਕ ਹੈ, ਗੁਰਦੇਵ ਘਣੀ ਵਾਲੇ ਦੇ ਦੂਸਰ ਮੁੜੀ ਹੈ। ਠੀਕ ਹੈ ਜੀ, ਤੇ ਰੋਡੇ ਨੇ ਛੱਡੇ ਛਾਖਾ ਪਾ ਕੇ ਤਾਂ। ਠੀਕ ਹੈ ਜੀ, ਤੇ ਉੱਥੇ ਲਾਲਾ ਪਈ ਹੋਈ, ਸੁਖਬੀਰ ਆਇਆ ਸੀ, ਕਹਿੰਦਾ ਯਾ ਜੇ ਲਾਲ ਛਾਖਾ ਰੋਡੇ ਦਾ ਜਦਨ ਬਹਿ ਜਾ ਜਿੱਤੀ ਬਹਿ ਇਹਦੇ ਨੂੰ ਤੋਤੇ ਪੈ ਗਏ ਸੀ ਤੇ ਗੁਰਦੇਵ ਦੇ ਤੂੜੀ 'ਚ ਉੱਥੇ ਸਾਂਭਾ ਲਾਲ ਨੇ ਬਸ ਉਂਗਲਾ ਮਾਰ ਦਿੰਦੇ ਬਾਈ। ਠੀਕ, ਨਹੀਂ ਕਬੂਤਰ ਤਾਂ ਸਾਡੇ ਪਿੰਡ ਦੇ ਪਹਿਲਾਂ ਹੀ ਬਹੁਤ ਉੱਡੇ ਆ। ਠੀਕ, ਆਪਾਂ ਤਾਂ ਚੱਲ ਕੁਛ ਵੀ ਨਹੀਂ, ਬਾਗ ਦੀ ਮੂਲੀ ਬਹੁਤ ਉੱਡੇ ਆ ਐਵੇਂ ਕਹਿੰਦੇ ਆ। ਅਤੇ ਬਾਈ ਜਿਹੜਾ ਆਪਾਂ ਕਹਿੰਦੇ ਉਸਤਾਦੀ ਸਿਰਦੀ ਵਾਲਾ ਕੰਮ ਚੱਲਦਾ ਹੈਗਾ ਹੁਣ, ਅੱਜ ਤਾਂ ਬਾਹਲਾ ਜ਼ਿਆਦਾ ਰੁਝਾਨ ਹੋ ਗਿਆ। ਪਹਿਲਾਂ ਤਾਂ ਆਪਾਂ ਦੇਖਦੇ ਹਾਂ ਵੀ ਖਿਡਾਰੀ ਥੋੜ੍ਹੇ ਸੀ, ਸ਼ੌਂਕ ਵੀ ਘੱਟ ਸੀਗਾ, ਇੱਕ ਪਿੰਡ 'ਚ 1-2 ਬੰਦੇ ਬਾਜ਼ੀਆਂ ਛੱਡ ਯਾਰ, ਉਦੋਂ ਕਬੂਤਰਬਾਜ਼ ਬਹੁਤ ਰੱਖੇ ਸੀ ਪਰ ਬਾਜ਼ੀਆਂ 1-2 ਹੀ ਛੱਡ, ਕਬੂਤਰਬਾਜ਼ ਨੂੰ ਚੰਗਾ ਨਹੀਂ ਸੀ ਗਿਣਦੇ। ਹਾਂ, ਅਤੇ ਹੁਣ ਬਾਈ ਜੀ ਜਿਹੜਾ ਆਪਾਂ ਤੁਹਾਡੀ ਗੱਲ ਕਰੀਏ ਵੀ ਉਸਤਾਦੀ ਸਿਰਦੀ ਫਿਰ ਕਿੱਥੋਂ ਕਰੀ ਤੁਸੀਂ? ਸਰਦਾਰ ਮੋਹਨ ਸਿੰਘ ਤੋਂ। ਮੋਹਨ ਸਿੰਘ ਤੁਹਾਡੇ ਉਸਤਾਦ ਨੇ ਜੀ ਪੂਰੇ ਜੀ, ਐਵੇਂ ਕਹਿ ਦਈਏ। ਠੀਕ ਹੈ, ਬਸ ਖਾਲੀ ਬਸ ਕੁਛ ਨੀ ਰਿਹਾ। ਤੁਹਾਡਾ ਉਹਨਾਂ ਨਾਲ ਕਿਵੇਂ ਮਿਲਾਪ ਹੋਇਆ ਜੀ? ਮੋਹਨ ਸਿੰਘ ਜੀ ਮਿਲਾਪ ਐਂ ਹੋਇਆ ਬਾਈ, ਇੱਥੇ ਮੇਰੇ ਪਿੰਡ ਬਾਜੀਆਂ ਬਹੁਤ ਟੌਪ ਦੀਆਂ ਛੁੱਟੀਆਂ, ਸਾਡੇ ਪਿੰਡ ਪਹਿਲਾਂ ਨਾਮ ਇੰਨਾ ਹੋਇਆ ਵੀ ਆਹੀ ਤਾਂ ਹੀ ਉਹਨਾਂ ਪੰਜਾਬ 'ਚ ਨਹੀਂ ਹੋਇਆ। ਉਹ 3-4 ਕਬੂਤਰ ਲੈ ਕੇ। ਠੀਕ ਹੈ ਜੀ, ਅਤੇ ਉਹਦੀ ਮੈਂ ਬਾਈ ਕਿੰਨੀ ਕੁ ਮੇਰੇ ਪਹੁੰਚ ਸੀ, ਆਪਾਂ ਇੱਜ਼ਤ ਕੀਤੀ। ਠੀਕ ਹੈ ਜੀ, ਵੈਸੇ ਤਾਂ ਮੁਤਾਬਕ ਹਰੇਕ ਬੰਦਾ ਬਾਹਰ ਲਾ ਕੇ ਖੜ੍ਹਦਾ। ਇੱਥੋਂ ਮੈਂ ਉੱਠ ਕੇ ਅਤੇ ਬੈਠ ਕੇ ਕੱਚੀ ਇਹਨਾਂ ਦਾ ਕੱਤਿਆ ਠੰਡੀ ਬਹੁਤ ਆ, ਕੋਲੇ ਬੈਠਾ ਹਾਕਮ ਬੱਲੋ ਵਾਲਾ, ਇੱਕ ਉਹ ਪੀਰਕੋਟ ਵਾਲੇ ਪਹਿਲੇ। ਠੀਕ ਹੈ, ਕੀ ਨਾਮ? ਪਿਰਤਪਾਲ ਹੈ ਪਹਿਲਾ ਉਹ। ਉੱਥੋਂ ਫਿਰ ਹੌਲੀ ਹੌਲੀ ਬਾਈ ਜਦੋਂ ਬੰਦੇ ਨੂੰ ਪਤਾ ਲੱਗ ਗਿਆ ਵੀ ਖਾਣ ਪੀਣ ਕਮੇ ਲਾ ਲਾ, ਫਿਰ ਬਾਈ ਉਹਨੇ ਮੈਨੂੰ ਕਰਮੂ ਵਾਲੇ ਵੀ ਦਿੱਤੇ। ਠੀਕ ਹੈ, ਕਰਮੂ ਡਿਓ ਡੁਕਦਾ ਉੱਧਰ ਦਾ। ਠੀਕ ਹੈ, ਫਿਰ ਤਾਂ ਜਾ ਗੱਲ ਮੁਕਾ ਬਾਈ, ਵਾਟਾਂ ਦੂਰ ਦੀਆਂ। ਕਿੰਨਾ ਟਾਈਮ ਫਿਰ ਤੁਹਾਡਾ ਵਰਤ ਵਰਤਾਵੇ ਤੋਂ ਬਾਅਦ ਉਸਤਾਦੀ ਸੀ? ਉਹ ਬਾਈ ਕਿੰਨਾ ਚਿਰ ਗੁਜ਼ਰਿਆ ਨਹੀਂ। ਠੀਕ ਹੈ, ਨਹੀਂ ਉਸਤਾਦੀ ਸਿਰਦੀ ਨੂੰ ਤੁਹਾਨੂੰ ਕਿੰਨਾ ਕੁ ਟਾਈਮ, ਸਾਲ ਵਰਤਿਆ, 2-3 ਸਾਲ? ਉਹ ਤਾਂ ਯਾਰ ਮੈਨੂੰ ਥੋੜ੍ਹੇ ਟਾਈਮ ਬਾਅਦ ਨਾ ਨਾ ਮੈਨੂੰ ਹੋ ਗਏ ਹੋਣਗੇ ਉਸ ਗੱਲ ਨੂੰ ਤਾਂ ਬਾਈ 25 ਸਾਲ। ਠੀਕ ਹੈ, ਪੂਰੇ ਕਿੰਨਾ ਕੁ ਚਿਰ ਤੁਹਾਨੂੰ ਯਾਨੀ ਕਿ ਮਗਰ ਲਾਈ ਰੱਖਿਆ ਉਸਤਾਦੀ ਸਿਰਦੀ ਖਾਤਰ? ਉਹਨੇ ਬਾਈ 6-7 ਸਾਲ। 6-7 ਸਾਲ ਕੁਛ ਨਹੀਂ ਦੱਸਿਆ ਨਾ? ਠੀਕ, ਮੈਂ ਉਹ ਤੋਂ ਕਬੂਤਰ ਨਹੀਂ ਮੰਗੇ। ਠੀਕ ਹੈ, ਇੱਥੇ ਬੈਠਿਆ ਮੇਰੀ ਬੈਠਕ 'ਚ। ਠੀਕ ਹੈ, ਮੈਨੂੰ ਆਉਂਦਾ ਘੱਤਿਆ ਯਾਰ ਮਾਣ ਤਾਣ ਬਹੁਤ ਕਰਦਾ, ਕਬੂਤਰ ਨਹੀਂ ਮੰਗੇ। ਮੈਂ ਕਿਹਾ ਜੀ ਜੇ ਖੜਾ ਨਹੀਂ ਦੀਦਾ ਬੈਠਾ ਵੀ ਨਹੀਂ। ਕਿਆ ਬਾਤ ਹੈ, ਸਹੀ ਗੱਲ ਹੈ ਜੀ। ਮੈਂ ਕਿਹਾ ਹੁਣ ਮੈਂ ਤਾਂ ਇੱਥੋਂ ਮੰਗ ਲਾਂ, ਆਪਦੇ ਆਪ ਵੀ ਬੰਦੇ ਨੂੰ ਦੀਂਦਾ ਹੀ ਆ ਵੀ ਯਾਰ ਇਹਨੂੰ ਦੇ ਦੇ ਯਾਰ। ਹੌਲੀ ਹੌਲੀ ਉਹਨਾਂ ਕੋਲੇ ਯਾਰ ਕੋਈ ਘਾਟਾ ਨਹੀਂ ਸੀ, ਉਹਨਾਂ ਕੋਲੇ 7-8 ਹਜ਼ਾਰ ਕਬੂਤਰ ਹੋਊ। ਬਹੁਤ ਕਬੂਤਰ ਸੀ, ਸਹੀ ਗੱਲ। ਬਸ ਐਂ ਲਿਆਜਾਂ ਪੈਂਦੀਆਂ ਪੈਂਦੀਆਂ ਬਾਈ, ਫਿਰ ਸਮਾਲ ਸਰਗੀ ਵਾਲੇ ਨਾ ਜੋੜ ਮੇਲੇ ਹੋ ਗਏ, ਸੁਖਦੇਵ ਤੇ ਪੋਲਾ ਸਕੇ ਭਰਾ। ਠੀਕ ਹੈ ਜੀ, ਚਲੋ ਉਹਨਾਂ ਨੇ ਆਪਾਂ ਨੂੰ ਐਵੇਂ ਕਹਿ ਦਈਏ ਖੁੱਡੇ ਖੋਲਦੇ ਟੋਪ ਦੇ ਕਬੂਤਰ ਦਿੱਤੇ ਆ ਬਾਈ। ਠੀਕ, ਕਿੰਨੇ ਵੀ ਕਹਿ ਦਈਏ ਸੁਖਦੇਵ ਜੀ ਨੇ? ਹਾਂ, ਠੀਕ ਹੈ, ਹਰੇਕ ਨੂੰ ਨਹੀਂ ਆਏ ਦਿੰਦਾ ਜਦੋਂ ਜਾਂਦੇ ਸੀ ਉਹਨਾਂ ਤੋਂ ਵੀ ਲੈ ਕੇ ਆਏ ਕਬੂਤਰ ਤੁਸੀਂ? ਮੋੜਸੋ ਤੋਂ ਉਹ ਚੱਕ ਚੋਂ ਗਏ ਆ ਬਾਈ। ਠੀਕ ਹੈ ਜੀ, ਜੇ ਤਾਂ ਫਸ ਗਿਆ ਜੇਠ ਹਾੜ ਚ ਫਿਰ ਤਾਂ ਜੀ ਨਹੀਂ ਕਰਦਾ ਦੂਜੀ ਵਾਰ। ਠੀਕ ਹੈ ਜੀ, ਜੇ ਜਾੜਿਆ ਪੋ ਮਾਂਗ ਚ ਫਿਰ ਚਾਹੇ ਉੱਥੇ ਮਹੀਨਾ ਬਹਿ ਜਾ। ਠੀਕ, ਜੇ ਅੱਗ ਵਾਲੀ ਪੈਂਦੀ ਸੀ ਇਕੱਲੇ ਜੰਡੀ ਆ ਬਾਈ। ਠੀਕ ਹੈ ਜੀ, ਬੰਦਾ ਤਾਂ ਤੈਨੂੰ ਦੀਂਦਾ ਨਹੀਂ, ਮਾਂ ਮਟੀਲੀਆਂ 8 ਕਿਲੋਮੀਟਰ ਪੈਂਦਾ ਬਾਦਲ ਚੱਕ ਤੇ ਬਾਦਲ ਦੇ ਨਾਂ ਤੇ ਵਹਾਂ ਇੰਨੀ ਗਰਮੀ ਹੈ, ਬੰਦਾ ਨਹੀਂ ਦੀਂਦਾ। ਤੇ ਬਾਈ ਮੋਹਨ ਸਿੰਘ ਜੀ ਜਿਹੜੇ ਕਬੂਤਰ ਸੀ ਉਹ ਚੱਕ ਬਾਦਲ ਡਾਉਂਦੇ ਸੀ ਜਾਂ ਕਿਤੇ ਹੋਰ? ਨਹੀਂ, ਬਾਦਲ ਚੱਕ ਉੱਥੇ ਡਾਉਂਦੇ ਸੀ ਕਬੂਤਰ ਆ ਘਰ ਹੀ। ਫਿਰ ਤੈਨੂੰ ਦੱਸਾਂ ਮੇਰੇ ਖੁੱਡੇ ਆ ਕਿਵੇਂ ਮੰਨ ਜਾ, ਐਡੇ ਐਡੇ ਘਰ ਤਾਂ ਗਰੀਬਾਂ ਦੇ ਸੀ। ਠੀਕ ਹੈ, ਹੁਣ ਗਾਹਾਂ ਨਾ ਪਤਾ ਹੀ।
स्टोरी मैं तेन दस नहीं ठीक है जी, मैं समझ गया। कल्ली इहदी कोठी सी, इहदी मोटर लगी भी सी उत्थे, गरीब जनता पानी पूनी उत्थे सारा उत्थों वरत वरता चलदा। हाँ ठीक है जी। बस ते किन्ने कबूतर उड़दे हुंदे सीगे जी घरे उदों? इहदे इह भाई सवा पंज छड़ दिंदा सी। ठीक है, सवेरे बस चाह शायद फुली बार छेरा छेरा मगरों पींदा भाई, छेरा ते गिद्दी रहे आ सुरजन ता मगरों गया। बस साढ़े दस पौने ग्यारह बह जाते बह जाते जी। ठीक है, किन्नी कटार उड़ती सी घरे? उहदे घरे दा भाई मैनू मेरा भाई नित ते 40। ठीक है, जिहड़े अज छड़ते उह कल छड़ने ने, कापी ते लिखने आ। अच्छा, इन्ने कबूतर सीगे? ਉਹਨਾਂ ਕੋਲ ਕਬੂਤਰ ਉਹਨਾਂ ਨੇ ਕਿੱਥੋਂ ਬਣਾਏ? ਮੋਹਨ ਸਿੰਘ ਜੀ ਬਈ ਇਹ ਮੇਰੀ ਗੱਲ ਸੁਣ, ਇਹ ਆਪਾਂ ਤੋਂ ਪਹਿਲਾਂ ਦੀ ਗੱਲ ਹੈ। ਠੀਕ ਹੈ, ਉਹ ਮੁੱਲ ਲੈਂਦੇ ਹੁੰਦੇ ਸੀ। ਠੀਕ ਹੈ, ਕਮਲ ਸੁਖਬੀਰ ਨੇ 1000 ਵਾਲਾ ਲੈ ਲਿਆ, ਉਹਨੇ ਇੱਕ ਕਾਲਾ ਲਿਆ ਸੀ 5500 ਦਾ ਬਾਂਦਰਾਂ ਤੋਂ। ਠੀਕ ਹੈ, ਇਹ ਆਏ ਨਹੀਂ ਪਤਾ ਵੀ ਡੋਡਾ ਕੋਲੇ ਬਾਂਦਰ ਹੈ ਕਿ ਹੋਰ ਬਾਂਦਰ ਹੈ। ਹਾਂ ਮੋਹਨ ਸਿੰਘ ਜੀ ਨੇ। ਹਾਂ ਠੀਕ ਹੈ ਜੀ, ਉਹਨਾਂ ਟਾਈਮਾਂ 'ਚ 5500 ਦਾ ਬਾਈ 3 ਲੱਖ ਵਰਗਾ, ਤੇ ਕਦੋਂ 1000 ਵਾਲਾ ਲਿਆ? ਮੇਰੇ ਤਾਏ ਲਾਲ ਕੋਲੇ ਸੀਗਾ, ਖੱਟੀਆਂ ਅੱਖਾਂ ਦਾ ਸਿਰ ਤੇ ਜਿਉਂ ਸੀ। ਸੁਖਬੀਰ 1400 ਕਹਿ ਗਿਆ, ਜਸਵੀਰ। ਹਾਂ ਤੇ ਖੇਤ ਗਿਆ ਵਾ ਆ ਗਏ ਭਾਈ, ਉਹ ਆਂਦਾ ਵੀ ਮੈਂ ਦਿੰਦਾ ਨਹੀਂ। ਉਹ ਬੁੜੇ ਬੈਠੇ ਆਉਂਦੇ, ਯਾਰ ਮੱਝ ਲੈ ਲੈ। ਉਹ ਆਂਦਾ ਮੱਝ ਬਾਰੇ ਤੁਹਾਨੂੰ ਕੀ ਪਤਾ, ਕੱਖ ਲਿਆਉਣੇ ਪੈਣਗੇ, ਗੋਹਾ ਚੱਕਣਾ ਪਊ, ਤੇ ਮੇਰਾ ਕਬੂਤਰ ਤੁਹਾਡਾ ਕੀ ਲੈਂਦਾ? ਇਹਨੇ 1400 ਦਾ ਨਹੀਂ ਦਿੱਤਾ ਮਾਰਸੋਂ। ਠੀਕ ਹੈ, ਐਵੇਂ ਕਹਿ ਦੇ। ਠੀਕ ਹੈ, ਇਹ ਗੱਲਾਂ ਆ। 1000 ਵਾਲਾ ਸਾਡੇ ਪਿੰਡ 25 ਛੁੱਟਿਆ ਸੀ, ਲਿਆ 1000 ਦਾ ਛੱਡਿਆ 25 ਚ। 1000 ਰੁਪਏ ਦਾ ਮੁੱਲ ਲਿਆ, 25 ਰੁਪਏ ਚ 25 ਚ। ਤੇ ਇਹ ਕੀ ਚੱਕਰ ਜੀ? ਆ ਦਲਾਰਪਰਾ ਆ, ਸਰਦਾਰਾਂ ਦਾ ਪਿੰਡ ਆ, ਜੀਸੋਂ ਸਰਦਾਰ ਸੀ ਤੇ ਕੰਨਾ ਡਿਓਗ ਦਾ ਕੈਲੋ ਨਾਈ ਰਹਿੰਦਾ ਹੁੰਦੀ ਇਹਦੇ ਕੋਲ। ਠੀਕ, ਇਹ ਦੋ ਰਹਿ ਗਏ। ਸਰਦਾਰ ਦੀ ਕਬੂਤਰੀ ਤਾਂ ਛਿਪ ਦਿਨ ਹੋ ਗਈ, ਇਹਦਾ ਚੜ੍ਹ ਦਿਨ ਹੋ ਗਿਆ, ਰੌਲਾ ਪੈ ਗਿਆ। ਤਾਇਆ ਲਾਲਾਂ ਦਾ ਵੀ, ਸੁਖਬੀਰ ਜੇ ਤੇਰੇ ਪਿੰਡ ਬਾਜੀ ਹੋਵੇ ਕੀ ਫੈਸਲਾ ਕਰੇ? ਕਹਿੰਦਾ ਵੀ ਬਣ ਦੇ। ਉਹਨੇ ਬਾਜੀ ਬਣਤੀ, ਇਹਨੇ ਸਪੀਕਰ 'ਚ ਬੁਲਾਤਾ ਵੀ ਮੈਂ 100 ਰੁਪਇਆ ਦੇਊਂਗਾ, ਇਹੋ ਜਿਹਾ ਰੰਗ ਆ ਮੇਰੇ ਕਬੂਤਰ ਦਾ। ਜਸਵੀਰ ਕਹਿੰਦਾ ਹਾਂ, ਸਾਡੇ ਪਿੰਡ ਦਾ ਇੱਕ ਭਜਨਾ ਮੈਂ ਬੜਾ ਕਲੇਰ। ਠੀਕ ਹੈ, ਉਹਨੇ ਬੱਕਰੀਆਂ ਵਾਲਿਆਂ ਨੂੰ ਫੜਾ ਤਾ ਕਬੂਤਰ, ਚੱਕ ਕੇ। ਕਿਹੋ ਜਿਹਾ ਸੀਗਾ ਬਾਈ ਕਬੂਤਰ? ਚਿੱਟਾ, ਚਿੱਟੀਆਂ ਅੱਖਾਂ, ਸਿਰ ਤੇ ਮਾੜੇ ਮੋਟੇ ਜਾਂ ਹੋਣਗੇ, 1000 ਵਾਲਾ ਦਿਖਾ ਦਿਆਂਗੇ ਤੈਨੂੰ, ਖੜ ਜਾ। ਜਿਹੜਾ 1000 ਵਾਲਾ ਸੀ? ਹਾਂ ਠੀਕ ਹੈ, ਫਿਰ ਬਾਈ ਜਦੋਂ 100 ਰੁਪਇਆ ਬੁਲਾਤਾ, ਉਹਦੀ ਕਿਤੇ ਚੈਣ ਲੈ ਜੇ, ਕਿਤੇ ਚੜਾ ਲੇ, ਕਿਤੇ ਲੈ ਜੇ, ਉਹਨੂੰ ਬੱਕਰੀ ਵਾਲੇ ਨਾ ਮਿਲੀ, ਕਬੂਤਰ ਲਿਆ ਭਾਈ। ਉਹ ਆਂਦਾ ਸਰਦਾਰ 50 ਰੁਪਈਏ ਦੇ ਦਿਓ ਬਹੁਤ ਹੈ। ਕੋਈ ਆਂਦਾ ਨਹੀਂ, 100 ਚੱਕ। ਜਿਹੜੀ ਗੱਲ ਕਰੀ ਇਹ ਆਂਦਾ ਕਬੂਤਰ ਦੀ ਗੱਲ ਨਹੀਂ, ਇਹ ਮੇਰੇ ਦਿਲ ਦਾ ਟੁਕੜਾ। ਇਹ 1000 ਵਾਲੇ ਬਾਈ ਹੁਣ ਤਾਂ ਆਪਾਂ ਕਹਿ ਨਹੀਂ ਸਕਦੇ, ਕਿਤੋਂ 1000 ਵਾਲੇ ਜਾਂਦੇ ਇਹ ਪਿੰਡ 'ਚ ਨਹੀਂ ਸੀ ਟਿਕਦੀ। ਠੀਕ ਹੈ, 3 ਕਿਲੋਮੀਟਰ ਬਾਹਰ। ਅੱਛਾ, ਸਾਡੇ ਕਬੂਤਰ ਵਿੱਚ ਕਮਲੇ ਹੋ ਜਾਂਦੇ ਸੀ ਪਹਿਲਾਂ। ਠੀਕ ਹੈ, ਹੁਣ ਤਾਂ ਚਲੋ ਮਿੱਸਾਂ ਪੈ ਜਾਂਦੀਆਂ, ਇਹ ਤਾਂ ਬਾਹਰ ਬਾਵੇ ਵਾਲੇ ਸੀ ਯਾਰ, ਕਿਆ ਬਾਤਾਂ। ਅੱਛਾ, ਹਾਂ ਇਹ ਬਣੇ ਬਾਈ 1000 ਵਾਲੇ, ਹੁਣ ਕੋਈ ਕਿਵੇਂ ਕਹੀ ਜਾਂਦਾ ਆਏ ਆ ਯਾਰ, ਕਿਵੇਂ ਬਣੇ ਸੀ ਜੀ? ਫਿਰ ਇਹ ਬਣੇ ਆਏ ਸੀ ਕਿਤੇ ਬਾਜੀ ਛੁੱਟੀ, ਉਹ ਬਾਜੀ ਮੁੱਕ ਗਈ। ਇੱਕ ਬੰਦੇ ਤੇ ਗਰੀਬੀ ਰੱਖ ਲਾ, ਮੇਰੇ ਤੇ ਰੱਖ ਲਾ ਚੇਤੇ, ਉਹ ਤਾਂ ਗੱਲ ਚੱਲੀ ਜਾਂਦਾ ਜੀ ਕੰਮ। ਉਹ ਆਂਦਾ ਯਾਰ ਆਉਂਦੇ ਆਉਂਦੇ ਆਪਾਂ ਚਾਹ ਨਾ ਪੀਜੀਏ, ਬਗਾੜੀ ਦਾ ਸੀ ਕੋਈ, ਹਣੇ ਕੀ ਨਾ ਚੱਲ ਉਹਦਾ, ਜੰਟਾ ਤਾਂ ਨਹੀਂ ਸੀ ਕਿਤੇ। ਹਾਂ ਉਹ ਆਂਦੇ ਕਿਤੇ ਕਿਤੇ ਫਿਰਦੇ ਆ, ਉਹ ਕਿਤੇ ਜੰਟ ਦੇ ਘਰਵਾਲੀ ਨੇ ਕਹਿਤਾ ਵੀ ਭਾਈ ਅਸੀਂ ਤਾਂ ਤੜਕੇ ਛੱਡ ਦਿੰਦੇ ਹਾਂ, ਬਹਿੰਦੀ ਹੈ ਇਹ ਇਹਨਾਂ ਕੋਲੇ ਬਾਈ ਪੈਸਾ। ਸਹੀ ਗੱਲ, ਚੱਕ ਓਏ ਗਾਂ ਪੈਸੇ। ਫਿਰ ਬਲਦ ਬੁਲਦ ਵਿੱਚ ਜੋੜੇ ਵੀ ਜੁੜ ਜਾਂਦੇ ਆ ਇਹਨਾਂ ਦੇ, ਸਾਰੀ ਕਿਉਂ ਗਰੀਬੀ ਬਾਈ, ਉਹ ਦਿਨਾਂ ਦੀ ਗਰੀਬੀ ਨਾ ਤੈਨੂੰ ਪਤਾ ਨਹੀਂ। ਸਹੀ ਗੱਲ, ਹੁਣ ਤਾਂ ਸਾਧਨ ਬਹੁਤ ਹੋ ਗਏ, ਮੈਂ ਆਪਦੇ ਘਰੇ ਆਪ ਵੇਖੀ ਆ ਬਾਈ, ਹੁਣ ਤਾਂ ਕਮਾਈ ਦੇ ਸਾਧਨ ਬਹੁਤ ਹੋ ਗਏ। ਹੁਣ ਤਾਂ ਯਾਰ ਜਿਹਦੇ ਕਬੂਤਰ ਰੱਖਿਆ ਪੀਪੇ 'ਚ ਪੈਸੇ ਪਏ ਹੁਣ ਗੁੱਟੀ ਨਾ ਚੱਕ ਲਾ, ਫਿਰ ਬਾਜੀ ਛੁੱਟ ਗਈ, ਫਿਰ ਬਾਜੀ ਛੁੱਟ ਗਈ। ਊਂ ਨਹੀਂ ਫਿਰ ਬਾਈ ਉਹਨੇ ਬਹੁਤ ਬੰਬ ਕੱਢੀ। ਕਿੰਨੇ ਕਬੂਤਰ ਲਿੱਤੇ ਸੀਗੇ ਜੀ ਉੱਥੋਂ? ਫਿਰ ਉਹਨੇ ਬਾਈ ਬਸ ਉਦੋਂ ਇੰਨੇ ਕਬੂਤਰ ਨਹੀਂ ਸੀ ਰੱਖਦੇ, 8-10 ਉਹਨਾਂ ਟਾਈਮਾਂ 'ਚ। ਮੇਰਾ ਤਾਇਆ 13 ਕਬੂਤਰ ਨਹੀਂ ਮੈਂ ਉਹਦੇ ਖੁੰਡੇ 'ਚ ਵੇਖੇ ਸੀ।
ਠੀਕ ਨਹੀਂ ਜਦੋਂ ਬਾਈ ਉਹ ਫਿਰ ਬਗਰਾੜੀ ਤੋਂ ਲੈਤਾ 1000 ਵਾਲਾ ਕਬੂਤਰ ਉਹ ਕਿੰਨੇ ਰੁਪਈਆਂ ਚ ਆਹ ਕਿੰਨੇ ਕਬੂਤਰ ਲਏ ਇੱਕ ਲਿਆ ਦੋ ਲਿਆ ਚਾਰ ਲਏ ਨਹੀਂ ਉਹ ਨਾ ਬਾਈ ਤਿੰਨ ਚਾਰ ਅੱਛਾ ਜਦੋਂ ਇਹ ਮੁੱਲ ਕਰਦੇ ਨਾ ਖੁੱਡੇ ਦਾ ਉਹਦੇ ਵਿੱਚ ਮੰਨ ਜਾ ਵੀ ਦੂਜੇ ਵੀ ਆ ਜਾਂਦੇ ਵਾਧੂ ਘਾਟੂ ਕੱਲਾ ਤਾਂ ਵੇਚਦਾ ਨਹੀਂ ਵੇਚਦੇ ਸਹੀ ਗੱਲ ਹੁਣ ਪੀਰਕੋਟ ਵਾਲੇ ਨੇ ਸੁੱਖਣ ਵਾਲੇ ਨਿੰਗ ਤੋਂ ਖੁੱਡਾ ਮੁੱਲ ਲਿਆ ਸਾਰਿਆਂ ਦੇ ਸੌਦਾ ਕਰਦੇ ਠੀਕ ਹੈ ਤੇ ਮੋਹਨਸਨ ਨੇ ਲਿਆ ਸੀ ਪੀਤੂ ਗਾਣਾ ਸੀ ਭਾ ਰੁਪਏ ਦਾ ਉਹਦਾ ਲੰਡਾ ਕਬੂਤਰ ਸੀਗਾ ਭਾਗ ਵਾਲੀ ਦਾ ਤੇ ਸੰਤ ਘੰਟਾ ਬੰਨੇ ਦਾ ਹੁੰਦਾ ਸੀ ਉਹਦੇ ਨਾਲ ਜਲਾਲੋਂ ਗਮਾਚ ਗਈ ਸੀ ਉਹਦੇ ਨਾਲ ਬੱਚੇ ਕਢਾਏ ਉਹ ਲੰਡਾ ਬਹਿੰਦਾ ਸੀ ਖੁੱਡੇ ਤੇ ਫਿਰ ਮੋਹਨਸਨ ਵਿਜੇ ਕੱਲਾ ਮੰਗਿਆ ਤਾਂ ਦੇਣਾ ਨੀ ਖੁੱਡੇ ਦਾ ਸੌਦਾ ਕਰ ਲਿਆ ਕਹਿ ਮੈਂ ਆਪਾਂ ਰੀਣ ਤੇ ਤੂੜੀ ਕਹਿ ਦਈਏ ਬਸ ਐਂ ਸੀ ਪਰ ਲੋਕਾਂ ਨੇ ਬਾਈ ਪੈਸੇ ਵਾਲੇ ਦਾ ਕੀ ਹੈ ਯਾਰ ਰੱਖਣੇ ਬਹੁਤ ਬਿਲਕੁਲ ਜੀ ਸਹੀ ਗੱਲ ਹੁਣ ਬਣਤਾ ਬਲਮ ਗੜ ਗਿਆ ਬਹੁਤ ਵਧੀਆ ਬੰਦਾ ਉਹਨਾਂ ਕੋਲ ਵੀ ਕਹਿੰਦੇ ਪੁੰਨੂ ਵਾਲੇ ਕਬੂਤਰ ਨੇ ਜੀ ਹੈਗੇ ਉਹਨਾਂ ਕੋਲ ਕਿਵੇਂ ਬਣੇ ਪੁੰਨੂ ਵਾਲੇ ਉਹ ਐਂ ਬਣੇ ਬਾਈ ਉਹਦੇ ਪਿਓ ਦੇ ਨਾਨਕੇ ਸੀ ਭੁੱਲਣ ਹਾਂ ਠੀਕ ਹੈ ਐਵੇਂ ਕਹਿ ਦੀ ਆਪਣੇ ਨਾਲ ਬਹੁਤ ਵਧੀਆ ਲੈਂਕ ਉਹਦਾ ਕੋਈ ਐਂ ਨਹੀਂ ਉਹਦੇ ਬਾਪ ਦਾ ਤਾਂ ਸੁਭਾਅ ਬਾਹਲਾ ਚੰਗਾ ਜੀ ਪਰਿਵਾਰ ਵੀ ਚੰਗਾ ਯਾਰ ਬੁੜੀਆਂ ਦਸਾਂ ਬੰਦਿਆਂ ਨੂੰ ਰੋਟੀ ਪਾਣੀ ਖਵਾਉਣਾ ਬਾਈ ਬਹੁਤ ਔਖਾ ਪੂਰਾ ਵਧੀਆ ਠੀਕ ਹੈ ਜੀ ਐਵੇਂ ਕਹਿ ਦਈਏ ਉਹਦੇ ਕੋਲ ਵੀ ਮੈਨੂੰ ਮੇਰਾ ਕਬੂਤਰ 600-700 ਹੋਊ ਅੱਜ ਤੁਹਾਡੇ ਕੋਲ ਪੁੰਨੂ ਵਾਲੇ ਕਬੂਤਰ ਬਹੁਤ ਨੇ ਜੀ ਦੇਖਿਆ ਮੈਂ ਅਤੇ ਇਹ ਬਾਈ ਪੁੰਨੂ ਵਾਲੇ ਕਬੂਤਰਾਂ ਦੀ ਆਪਾਂ ਕਹਿੰਦੇ ਵੀ ਖਾਸ ਨਿਸ਼ਾਨੀਆਂ ਕੀ ਬਣ ਜਾਂਦੀਆਂ ਕਬੂਤਰਾਂ ਦੀਆਂ ਪੁੰਨੂ ਵਾਲੇ ਇਹ ਯਾਰ ਬਾਈ ਦੋ ਗੱਲਾਂ ਜਿਹੜੇ ਤਾਂ ਜੱਸੂ ਵਾਲਾ ਹੈ ਇਹ ਤਾਂ ਨਹੁੰਦਰਾਂ ਕਾਲੀਆਂ ਅਤੇ ਚਿੱਟੀਆਂ ਅੱਖਾਂ ਅਤੇ ਕਾਲੀ ਨੋਕ ਇਹ ਜੱਸੋਵਾਲ ਬਣ ਜਾਂਦੇ ਆ ਸਿਰ ਤੇ ਸਿਰ ਤੇ ਜੋ ਨਹੀਂ ਨਹੀਂ ਇਹ ਬਾਈ ਇਹ ਨਹੀਂ ਕੱਢਦੇ ਇਹ ਚਿੱਟੀਆਂ ਤੇ ਨਹੀਂ ਡੱਕੇ ਕੱਢਦੇ ਇਹ ਕੱਢਦੇ ਆ ਬਾਈ 1000 ਵਾਲੇ ਡੱਕੇ ਠੀਕ ਆ ਜਿਹੜੇ ਦੂਜੇ ਪੁੰਨੂ ਵਾਲੇ ਬਣ ਜਾਂਦੇ ਜਿਹੜੇ ਐਡੀ ਮੌਜ ਹੈ ਉਹ ਲਾਪਰਵਾਹ ਠੀਕ ਆ ਉਹਨਾਂ ਬਾਰੇ ਨਹੀਂ ਆਪਾਂ ਕਹਿ ਸਕਦੇ ਜਿਹੜੇ ਪੁੰਨੂ ਵਾਲੇ ਕਬੂਤਰ ਚਿੱਟੀਆਂ ਦੇ ਕਾਲੇ ਨੋਕਾਂ ਦੇ ਕਾਲੇ ਚੀਨੇ ਦੇ ਸਿੰਬ ਕੱਢ ਜਾਂਦੇ ਪੁੰਨੂ ਤਾਂ ਮੈਂ ਵੇਖਿਆ ਐਡਾ ਕੁ ਸੀ ਠੀਕ ਆ ਚਾਦਰਾ ਬੰਨ ਕੇ ਆਉਂਦਾ ਬਾਈ ਤੇ ਨਾਲੇ ਬਾਈ ਖਿਡਾਰੀਆਂ ਦਾ ਨਾਂ ਉਦੋਂ ਆਏ ਸੀ ਨਾ 6-7 ਕਬੂਤਰ ਜਿੱਤਣੇ ਕੀ ਔਖੇ ਸਹੀ ਗੱਲ ਆ ਹੁਣ ਤਾਂ 150 ਵੀ ਹੈ ਇੱਕ ਬਾਈ ਜਿਹੜੇ ਖੱਟੀਆਂ ਰਹੇ ਪੁੰਨੂ ਵਾਲੇ ਉਹ ਉਹ ਉਹਨਾਂ ਦੀ ਕੀ ਪਛਾਣ ਹੈ ਉਹ ਬਾਈ ਆਏ ਹੈ ਬਾਜੇ ਦਾ ਪੁੰਨੂ ਵਾਲੇ ਹੀ ਹੈ ਉਹ ਕਬੂਤਰ ਤਾਂ ਇੱਕੋ ਹੀ ਨੇ ਉਹ ਨਸਲ ਹੋਰ ਆ ਜਿਹੜੇ ਕਾਲੇ ਚੀਨੇ ਉਹ ਨਸਲ ਹੋਰ ਹੈ ਠੀਕ ਹੈ ਜਿਹੜੇ ਖੱਟੀਆਂ ਦੇ ਉਹ ਨਸਲ ਹੋਰ ਹੈ ਉਹਨਾਂ ਦੀ ਕੀ ਪਛਾਣ ਹੁੰਦੀ ਬਈ ਇਹ ਤਾਂ ਉਹਨਾਂ ਨੂੰ ਬੰਤ ਵਰਗਿਆਂ ਨੂੰ ਪਤਾ ਜੋ ਤੁਹਾਡੇ ਕੋਲ ਵੀ ਬੈਠੇ ਆ ਜੀ ਮੈਂ ਨਹੀਂ ਬੈਠੇ ਤਾਂ ਹੈਗੇ ਜਿਵੇਂ ਲੱਪਾ ਕੱਢ ਜਾਂਦੇ ਆ ਲਾਲ ਚੀਨੇ ਢੱਡ ਜੇ ਲਾਲ ਕਰ ਜਾਂਦੇ ਆ ਕਾਲੇ ਢੱਡ ਜੇ ਕਰ ਜਾਂਦੇ ਆ ਬਸ ਇਹ ਸਾਡੇ ਤਾਂ ਮਾੜੇ ਮੋਟੇ ਬਈਆਂ ਬਈਆਂ ਤੇ ਕਾਲੀਆਂ ਵੀ ਕੱਢੀਆਂ ਪਈਆਂ ਤੁਹਾਡੇ ਕੋਲੇ ਪੁੰਨੂ ਵਾਲਿਆਂ ਨੇ ਇਹ ਤਾਂ ਅਸੀਂ ਨਹੀਂ ਛੱਡਦੇ ਠੀਕ ਆ ਆ ਕਬੂਤਰ ਦੇ ਤੇ ਇਹਦੇ ਪਿੰਡ ਦਿਨ ਛੁਪਾਉਂਦਾ ਸੀ ਨਾਲੇ ਕਾਕੇ ਨੇ ਕਹਿ ਕੇ ਦਿੱਤੇ ਜੇ ਲੀਲਾ ਕੱਢ ਗਿਆ ਨਾ ਤੇ ਰੱਤਾ ਕੱਢ ਗਿਆ ਛੱਡੀ ਨਾ ਜਦੋਂ ਪਿੰਡੀ ਦਿਨ ਛੁਪਾਉਂਦਾ ਤੇ ਪਿੰਡੋ ਰਾਤ ਨੂੰ ਬੈਠਾ ਨੀ ਭੱਜ ਗਿਆ ਠੀਕ ਆ ਫਿਰ ਦੇ ਕੇ ਕੀ ਕਰ ਗਿਆ ਕਿੰਨੇ ਕਢਾਵੇ ਬਾਈ ਤੁਹਾਡੇ ਕੋਲ ਪੁੰਨੂ ਵਾਲੇ ਕਬੂਤਰ ਕਿੰਨੇ ਕੁੜਦੇ ਆ ਲੋ ਬਾਈ ਮੇਰੀ ਗੱਲ ਸੁਣ ਵੀ ਜੇ ਚੰਗੀ ਜੇਠ ਹੋਵੇ ਟਪਾੜ ਪੈਂਦਾ ਹੋਵੇ ਪੂਰਾ ਅੱਗ ਪੈਂਦੀ ਹੋਵੇ ਤੇ 50 ਅਸਲਿਆਂ ਦੇ ਛੱਡੇ ਹੁਣ ਮੈਨੂੰ ਇਹਦਾ ਵੀ 4-5 ਕੋਈ ਵਾਲੇ ਨੀ ਠੀਕ ਆ ਮੱਠੇ ਉੜਦੇ ਜਾਂ ਉੱਚੇ ਉੜਦੇ ਬਾਈ ਪੂਰਾ ਜੀ ਸਮਾਨੋ ਠੀਕ ਹੈ ਜਾਂਦੇ ਤਾਂ ਨਹੀਂ ਹੈਗੇ ਨਾ ਦੱਸ ਗਿਆ ਹਾਂ ਨਵੀਂ ਜੋੜੀ ਉਹ ਖੱਬਾ ਸੱਜਾ ਵੇਚ ਗਈ ਊ ਨੀ ਆਪਾਂ ਤੇ ਜਿਹੜੇ ਬਾਈ ਇੱਕ ਕਾਕੇ ਵਾਲੇ ਕਬੂਤਰ ਬੈਠੇ ਆ ਤੁਹਾਡੇ ਕੋਲ ਉਹ ਕਿਹੜੇ ਕਬੂਤਰਾਂ ਤੋਂ ਕਾਕਾ ਕਿਹੜਾ ਕਿਲੇ ਆਹ ਕਿਲੇ ਵਾਲੇ ਮੁੰਡਾ ਦੱਸਦਾ ਸੀ ਆਪਾਂ ਨੂੰ ਉਹ ਤੈਨੂੰ ਮੈਂ ਦੱਸਦਾ ਯਾਰ ਬਾਈ ਦੋ ਗੱਲਾਂ ਬਿੱਲੇ ਨੇ ਕਬੂਤਰੀ ਸਾਡੇ ਪਿੰਡ ਛੱਡੀ ਸੀ ਬਠਿੰਡੇ ਵਾਲੇ ਹਾਂ ਉਹ ਸੀਗੀ ਭਾਗ ਤੇ ਜੰਟ ਵਾਲਿਆਂ ਦੀ ਠੀਕ ਆ
लाता मैं लंडा पाड़ा जेड़ा बिना पानी तो बाजियां जित्या ठीक है, पानी तो बड़ा भी जित्या जित्या भाई जित्या गई और डंड कढ़ाई है लोगों की ठीक है। मैं आप गाह नहीं बोलना ठीक है, वो साडे को बहुत है वो असी हूँ उन्ना चलाती ला के दी असी जो नखालस कटाने असी बाजी नहीं छड़ते बच्चों वास्ते ठीक है, काले डब्बे से लाल डब्बे भी कढ़ते भाई ये आप बाजी नहीं छड़ने भाई ठीक है। ये होया लीला होया काला काले भी बैठे एक दो बैठे है भाई। पहला जी पहला केड़े केड़े खिडारियों ने वध कबूतर केड़े केड़े ने डाए हुए भाई थोड़े ਜਿਵੇਂ ਪੁਰਾਣੇ ਆਪਾਂ ਖਿਡਾਰੀਆਂ ਦੇ ਨਾਂ ਲੈ ਦਿੰਦੇ ਆ। ਅੱਛਾ ਹੁਣ ਪਿੰਡ ਦਾ ਨਾਂ ਵੀ ਲਵਾਂ? ਨਹੀਂ ਨਹੀਂ ਬੰਦਿਆਂ ਦੀ ਨਾਂ ਦੱਸੋ ਜੀ ਵੀ ਆ ਧੰਨੇ ਨਾਲ ਵੀ ਡਾਏ ਜੀ। ਨਹੀਂ ਉਹ ਬਾਈ ਜੀ ਤੇ ਵੀ ਛੱਡਿਆ ਸੀ ਉਹਨੇ ਠੀਕ ਹੈ, ਮੈਂ ਵੀ ਛੱਡਿਆ ਸੀ, ਮੇਰਾ ਤਾਇਆ ਲਾਲ ਵੀ ਗਿਆ ਸੀ ਉੱਥੇ, ਮੈਂ ਤੋਂ ਸੱਚ ਬਾਜੀ ਜਿੱਤੇ ਬਾਜੀ ਜਿੱਤ ਲਈ ਹਾਂ ਠੀਕ ਹੈ। ਤੇ ਜਿਹੜੇ ਤੁਸੀਂ ਤਾਂ ਧੰਨਾ ਮਖੌਲੀ ਸੀ ਠੀਕ ਹੈ, ਫੀਮ ਬਾਲੀ ਖਾਂਦਾ ਸੀ, ਕੱਟਵੀਂ ਦਾੜੀ ਸੀ, ਔਰ ਜਿਹਨੇ ਮੈਨੂੰ ਕਬੂਤਰ ਦਿੱਤੇ ਅਮਤਿਆਰ ਨੇ ਨਿਹੰਗਾਲੇ ਨੇ ਇਹ ਅੰਮ੍ਰਿਤਧਾਰੀ ਸੀ ਠੀਕ ਹੈ। ਜਿਹੜੇ ਮੁਖਤਿਆਰ ਬਾਈ ਵਾਲੇ ਕਬੂਤਰ ਸੀ ਨਿਹੰਗਦੇ ਜੀ, ਉਹ ਕਬੂਤਰ ਕਿਹੋ ਜਿਹੇ ਵੱਧ ਸੀ ਦੇਖਣ ਨੂੰ? ਉਹ ਬਾਈ ਗੱਲਾਂ ਦੋ ਹੈ, ਉਹਨੇ ਇੱਕ ਕਬੂਤਰੀ ਫੜੀ ਸੀ ਪਿੰਡ 'ਚੋਂ, ਪਤਾ ਨਹੀਂ ਕਿਹਦੀ, ਚਿੱਟੀਆਂ ਅੱਖਾਂ ਦੀ, ਸਿਰ 'ਤੇ ਜੌਂ ਸੀ, ਨੌਦਰਾਂ ਵਿੱਚ ਕਾਲੀਆਂ ਸੀ ਵਿੱਚ ਚਿੱਟੀਆਂ, ਇੱਕ ਉਹਨੇ ਛਾਹ ਖਾ ਕਬੂਤਰ ਫੜਿਆ ਸੀ ਚਿੱਟੀ ਨੋਕ ਦਾ ਠੀਕ ਹੈ, ਇੱਕ ਉਹਦਾ ਆਪਦਾ ਕਬੂਤਰ ਕਈ ਵਾਰੀਆਂ ਛੱਡਿਆ, ਕਬੂਤਰੀ ਇੱਕ ਸੀ ਕਬੂਤਰ ਦੋ ਸੀ, ਕਿਤੇ ਉਹਦੇ ਨਾਲ ਮਿਲਾ ਦਿੰਦਾ ਕਿਤੇ ਉਹਦੇ ਨਾਲ, ਅਤੇ ਉੱਡੇ ਬਹੁਤ ਆ ਬਾਈ ਉਹਦੇ ਠੀਕ ਹੈ। ਕਿਹੋ ਕਿਹੋ ਜਿਹੇ ਵੱਧ ਕਬੂਤਰ ਨੇ ਜੀ ਉਹਨਾਂ ਦੇ ਦੇਖਣ ਨੂੰ? ਉਹਨਾਂ ਕੋਲ ਉਹਨਾਂ ਦਿਨਾਂ 'ਚ ਤਾਂ ਬਾਈ ਨਾ ਤਾਂ ਰੱਤਾ ਸੀ ਕੋਈ ਨਾ ਕਾਲਾ ਠੀਕ ਹੈ, ਚਿੱਟੇ ਚਿੱਟੀਆਂ ਦੇ ਚਿੱਟੇ ਬਸ ਚਿੱਟੇ, ਅਤੇ ਟਾਵਾਂ ਸ਼ਾਖਾ ਕੱਢਦੇ ਸੀ, ਅਤੇ ਚਾਹੇ ਮਾੜੇ ਮੋਟੇ ਲਾ ਕਾਲੇ ਕਾਲੇ ਹਾਂ ਸਿਰ ਤੇ। ਸਹੀ ਹੈ ਬਾਈ ਸਹੀ ਹੈ, ਆਈ ਸੀ ਕਬੂਤਰ ਸਹੀ ਹੈ, ਸੁਣਿਆ ਜਿੰਨੇ ਬੰਦੇ ਮੈਂ ਯਾਰ ਮੇਰੇ ਹੱਥਾਂ ਬੀਤੀ ਬਾਈ ਠੀਕ ਹੈ। ਅਤੇ ਹੋਰ ਕਿਹੜੇ ਕਿਹੜੇ ਪੰਜਾਬ ਦੇ ਵਿੱਚ ਜਿਵੇਂ ਆਪਾਂ ਤੁਸੀਂ ਸੁਖਦੇਵ ਸਮਾਲ ਸਰ ਦੀ ਗੱਲ ਕਰੀਏ ਜੀ, ਕਿੰਨਾ ਕਿੰਨਾ ਨਾਲ ਕਬੂਤਰ ਲੈ ਕੇ ਆਉਂਦੇ ਆ ਜਾਂ ਜਿਹਨਾਂ ਨਾਲ ਲੈਂਦੇ? ਨਾ ਮੇਰਾ ਇੰਨਾ ਨਹੀਂ ਹੈ ਨਹੀਂ ਕਿਸੇ ਨਾਲ। ਪਹਿਲਾਂ ਵਾਲੀਆਂ ਬਾਜ਼ੀਆਂ ਅਤੇ ਹੁਣ ਵਾਲੀਆਂ ਬਾਜ਼ੀਆਂ 'ਚ ਬਾਈ ਕੀ ਫਰਕ ਹੈਗਾ? ਬਾਈ ਹੁਣ ਤਾਂ ਕਬੂਤਰ ਵਾਲੇ ਹੈ, ਬਾਲੀ ਵੀ ਲੋਕਾਂ ਕੋਲ ਪੈਸਾ ਵੀ ਹੈਗਾ, ਰੋਟੀ ਵੀ ਵਧੀਆ ਖਾਂਦੇ ਆ। ਹੁਣ ਮੇਰੀ ਬਾਠੀ ਉੱਡੀ ਸੀ 3-90 ਸੀ, ਬੀਗਲਾ ਡੀਸਾ ਅਥਣਿਆ ਗਿਆ, ਉੱਥੇ ਤਾਂ ਐਂ ਪਈ ਖੜਕ ਪੈ ਗਈ ਕਿ ਮੈਂ ਦੁੱਲਾ ਤੇ ਸੁੱਚਾ ਤੇ ਸੂਰਮਾ ਘਰੋ ਘਰੀ ਤੌਰ ਤੇ ਮੱਲ ਜੀ ਕਬੂਤਰੀ ਸਾਡੀ, ਇੱਕ ਬੰਦਾ ਵੀ ਰੌਲਾ ਪਾਈ ਜਾਵੇ ਮੇਰੀ ਆ ਮੇਰੀ ਆ, ਪੈਸੇ ਲਾ ਲਾ ਚੱਲ ਆਪਾਂ ਨਾਨ ਸਾਡੀ ਕਬੂਤਰ 24 ਮਿੰਟ ਉੱਡ ਕੇ ਤਾਂ ਇਹਤੇ ਬੈਠੀ ਹੈ, ਉਹ ਸੀਗੀ ਕਾੜਮਾ 'ਚੋਂ ਬਾਈ ਸੁਖਦੇਵ ਨੇ ਦਿੱਤੀ ਸੀ ਮੈਨੂੰ, ਐਵੇਂ ਕਹਿ ਦਈਏ ਆਪਾਂ ਬਾਈ ਕਿਸੇ ਦੀ ਗੱਲ ਹਾਂ ਆਏ ਹਾਂ, ਬਹੁਤ ਐਵੇਂ ਕਬੂਤਰ ਚਲੋ ਉੱਡੇ ਵੀ ਹੈ ਕਿਤੇ ਹਰ ਵੀ ਜਾਂਦੇ ਹਾਂ ਠੀਕ ਹੈ। ਐਂ ਨਹੀਂ ਵੀ ਬਾਈ ਤੁਸੀਂ ਪਾਣੀ ਵੱਧ ਲਾਉਂਦੇ ਹੋ ਜਾਂ ਕੋਈ ਆਲੂ ਬੁਖਾਰਾ ਵੀ ਲਾਉਂਦੇ ਹੋ? ਇਹ ਕਿਤੋਂ ਜਾਗ ਆ ਜੀ? ਨਹੀਂ ਬਣਿਆ ਵਾ ਪਾਣੀ 'ਤੇ ਖੇਡ ਕਰਦੇ ਹੋ ਜਾਂ ਆਲੂ ਬੁਖਾਰੇ 'ਤੇ ਖੇਡ ਕਰਦੇ ਹੋ ਬਾਈ? ਨਾ 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 ਆਲੂ ਬੁਖਾਰਾ ਤਾਂ ਹੈ ਬਾਈ ਸਾਡੇ ਘਰੇ ਹੀ ਨਹੀਂ ਬੜਿਆ, ਲਾਇਆ ਨਹੀਂ ਕਦੇ, ਨਾ ਨਾ ਆਪਾਂ ਇਹ ਜਾਣਦੇ ਨਹੀਂ ਠੀਕ ਹੈ। ਇਹ ਯਾਰ ਨਾ ਤਾਂ ਕੱਦੂ ਆ ਨਾ ਅੱਲਾ ਨਾ ਬੈਂਗਣੀ ਹੈ, ਬਸ ਕਬੂਤਰ ਲੈਣ ਦੇਣ ਨਾ ਰੱਖ, ਮੱਖਣ ਨਹੀਂ ਸੀ ਰਮਾਣੇ ਵਾਲਾ ਕਿੰਨੀ ਉਹਦੇ ਨਾਲ ਮੇਰੀ ਲਿਹਾਜ ਹੈ ਬਾਈ, ਠੰਡਾ ਲਈ ਯਾਰ ਥੋੜ੍ਹਾ ਪਾ ਕੇ। ਉਹ ਤੋਂ ਇੱਕ ਦਾ ਮੈਂ ਕਬੂਤਰ ਨਹੀਂ ਮੰਗਿਆ, ਇੱਕ ਨਹੀਂ ਮੰਗੀ ਉਹ ਤੋਂ ਖੇਡ ਠੀਕ ਹੈ, ਤੇ ਲੋਕ ਉਹਦੇ ਚੇਲੇ ਵੀ ਹੁਣ ਉਹਦੇ ਮੁੰਡੇ ਦੇ ਬਣਦੇ ਆ ਮੰਨ ਜਾ, ਤੇ ਉਹਦੇ ਮੁੰਡੇ ਨੂੰ ਮੈਂ ਹੁਣ ਫੋਨ ਕਰਦਾ ਹੁਣ ਆ ਜਾਣਗੇ ਤੂੰ ਠੀਕ ਹੈ, ਇੰਨਾ ਸਾਡਾ ਪ੍ਰੇਮ ਹੈ ਕਬੂਤਰ ਪਿੱਛੇ ਨਹੀਂ। ਮੈਂ ਡਾਕਟਰ ਨੂੰ ਕਹਿੰਦਾ ਵੀ ਇਹ ਕੱਦੂ ਤੋਰੀਆਂ ਲਾ ਰਹੀ ਹਾਂ, ਆਪ ਤਾਂ ਹੈ ਨਹੀਂ ਗਈ ਉਹ, ਹਨਾ ਗੁਜ਼ਰ ਗਈ ਸੀ ਫੋਟੋ ਪਾਉਣੀਆਂ ਦੇ ਚ ਠੀਕ ਹੈ। ਕਿਹੋ ਜਿਹੇ ਕਬੂਤਰ ਉਹਨਾਂ ਦੇ ਵੱਧ ਸੀਗੇ ਬਾਈ? ਉਹ ਯਾਰ ਉਹਨਾਂ ਦੇ ਬਾਈ ਵਿੱਚੇ ਤਾਂ ਹੁਣ ਕੱਪ ਕੱਪ ਵਾਲੇ ਆ, ਵਿੱਚੇ ਧੰਨੇ ਧੰਨੇ ਵਾਲੇ ਆ ਠੀਕ ਹੈ, ਧੰਨੇ ਵਾਲੇ ਕਬੂਤਰ ਵੱਧ ਸੀ ਉਹ, ਬਸ ਜਦੋਂ ਇੱਕ ਕੁੜੀ ਆ ਜਾਣ ਉਹ ਚ 10 ਨੂੰ ਬਣਦੇ। ਜਿਹੜਾ ਬਾਈ ਪਾਣੀ ਆ ਨਾਲੇ ਆਪਾਂ ਸੁਣਦੇ ਹਾਂ ਵੀ ਜਿਹੜੀ ਖੇਡ ਸੀ ਜਸਵੀਰ ਬਾਦਲ ਕੋਲ ਬਾਹਲੀ ਤਕੜੀ ਸੀ, ਜਿਹੜੇ ਕਬੂਤਰ ਸੀ ਉਹ ਮੋਹਣ ਸਿਉਂ ਕੋਲ ਬਾਹਲੇ ਤਕੜੇ ਸੀ, ਜਿਹੜੀ ਤੁਹਾਨੂੰ ਗੇਮ ਦਿੱਤੀ ਮੋਹਣ ਸਿਉਂ ਨੇ ਦਿੱਤੀ, ਫਿਰ ਮੋਹਣ ਸਿਉਂ ਕੋਲ ਪਾਣੀ ਪੂਰਾ ਹੈਗਾ ਸੀ ਤਕੜਾ, ਫਿਰ ਇਹਦਾ ਮਤਲਬ ਉਹਦੇ 'ਚ ਬਾਈ ਜਾਂ ਜਸਵੀਰ ਬਾਦਲ ਵਾਲੀ ਗੇਮ ਨਹੀਂ ਨਹੀਂ ਸੁਖਬੀਰ ਨੇ ਮਗਰੋਂ ਰੱਖਿਆ ਉਹਨੇ ਪਹਿਲਾਂ
ਮੋਹਨ ਸਿੰਘ ਬਾਈ ਲੋਕ ਤਾਂ ਹੀ ਤੁਹਾਨੂੰ ਪੁੱਛਿਆ ਨਾ ਵੀ ਤੁਸੀਂ ਸਾਵੇਂ ਚੇਲੇ ਹੋ ਵੀ ਲੋਕ ਕਹਿੰਦੇ ਮੋਹਨ ਸਿੰਘ ਕੋਲੇ ਗੇਮ ਓਡੀ ਤਕੜੀ ਨਹੀਂ, ਜਸਵੀਰ ਕੋਲੇ ਗੇਮ ਬੜੀ ਤਕੜੀ ਸੀ, ਮੋਹਨ ਸਿੰਘ ਨੂੰ ਕਬੂਤਰ ਲਾਉਣ ਦਾ ਬੜਾ ਢੰਗ ਸੀ। ਨਹੀਂ ਤਾਂ ਯਾਰ ਚਲੋ ਕੋਈ ਕਾਖੀ ਜਾਵੇ, ਉਹਦੇ ਕੋਲੇ ਛੇਰਾ ਤੇ ਗਿੱਧੀ ਬਹੁਤ ਚਿਰ ਡਾਗੇ। ਠੀਕ ਹੈ, ਜਿਹੜੀ ਮੋਹਨ ਸਿੰਘ ਕੋਲੇ ਜਾਨੀ ਕਿ ਗੇਮ ਹੈਗੀ ਸੀ ਪੂਰੀ ਚੋਟੀ, ਨਾ ਉਹਨਾਂ ਨੇ ਬਾਈ ਕਿਤੋਂ ਲਈ ਸੀ ਗੇਮ ਪਤਾ ਕੁਛ? ਇਹ ਬਾਈ ਕੋਈ ਤਾਂ ਲਾਲ ਬਾਈ ਵਾਲੇ ਮਿੰਡ ਤੋਂ। ਠੀਕ ਹੈ, ਇਹ ਰੱਬ ਜਾਣੇ। ਠੀਕ ਹੈ, ਉਹ ਸਹੀ ਗੱਲ ਆ, ਜਿੰਨਾ ਕੁ ਤੁਹਾਨੂੰ ਪਤਾ ਜਾਨੀ ਕਿ ਉਹਨਾਂ ਤਾਂ ਦੱਸੋ ਤੁਸੀਂ। ਇੱਕ ਕਹਿੰਦੇ ਕੋਈ ਮੁਸਲਮਾਨ ਸੀ, ਖਾਣੀ ਕਿੱਥੋਂ ਦਾ ਉਧਰ ਦਾ ਹੀ ਸ਼ਰੀਫ ਦਾ ਨਾਂ ਵੱਧ। ਹਾਂ ਇਹ ਨਾ ਗੇਮ ਆਈ ਆ ਠਾੜ ਚੋਂ ਹੀ ਸਾਡੇ ਬੰਨੀ। ਅੱਛਾ, ਨਹੀਂ ਪਹਿਲਾਂ ਤਾਂ ਅਸੀਂ ਜਾ ਰੂਹੀ ਸੀ, ਕਿਵੇਂ ਕੇਲੇ ਤੋਂ ਫੋੜਕ ਲਾ ਕੇ ਸਿੜ ਦੀਏ ਬੁੜੀ ਤਿਲਕ ਜੀ ਬਠਿੰਡੇ ਵਾਲੇ। ਹਾਂ ਖੇਡ ਆਈ ਆ ਉਧਰ ਹੀ, ਐਵੇਂ ਤੈਨੂੰ ਕਹਿ ਦਈਏ ਪੂਰੀ ਟਾਪ ਦੀ ਗੇਮ ਆ ਬਾਈ ਉਹਨਾਂ ਕੋਲੇ। ਯਾਨੀ ਕਿ ਆਲੂ ਬੁਖਾਰਾ ਨਹੀਂ ਲਾਉਂਦੇ ਸੀ ਉਹ? ਨਾ। ਠੀਕ ਹੈ, ਇਹ ਮੋਹਨ ਸਿੰਘ ਦਾ ਚੇਲਾ ਕੋਈ ਵੀ ਨਹੀਂ ਲਾਉਂਦਾ, ਇਹ ਲਾਉਂਦੇ ਆ ਬਾਈ ਸ਼ਾਇਦ ਤੈਨੂੰ ਪਤਾ ਹੀ ਹੋਵੇ। ਬਸ 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 ਆਪਾਂ ਨਾਂ ਕਾਹਨੂੰ ਲੈਣਾ, ਉੱਥੋਂ ਹੀ ਚੱਲਿਆ ਕੰਮ। ਇਹ ਬਾਈ ਜਿਹੜਾ ਆਪਾਂ ਪਾਣੀ ਕਹਿ ਦਿੰਦੇ ਹਾਂ, ਪਾਣੀ ਦੀ ਕੋਈ ਕਰਾਮਾਤ ਹੁੰਦੀ ਹੈ? ਕਬੂਤਰ ਦੀ ਘਰੇ ਵੀ ਸਾਂਭ ਸੰਭਾਲ ਵੱਧ ਚਾਹੀਦੀ ਹੈ, ਕਬੂਤਰ ਤੰਦਰੁਸਤ ਰੱਖਣਾ ਚਾਹੀਦਾ। ਕਬੂਤਰ ਦਾ ਬਾਈ ਘਰੇ ਬੰਦੇ ਨੂੰ ਦੱਸੂ ਵੀ ਮੈਂ ਬਾਜੀ ਜਿੱਤੂੰਗਾ ਕਿ ਨਾ, ਇਕੱਲਾ ਇੱਕ ਦਿਨ ਵਾਲਾ ਪਾਣੀ ਨਹੀਂ ਕੁਛ ਕਰਦਾ ਨਾ। ਤੇ ਬਾਈ ਖੁਰਾਕ ਤੁਸੀਂ ਫਿਰ ਕਿਹੜੀ ਕਿਹੜੀ ਵੱਧ ਪਾਉਂਦੇ ਹੋ? ਆਹ ਜਿਵੇਂ ਹੁਣ ਆਹ ਜੋੜੇ ਲਾਉਣ ਵੇਲੇ ਕਿਵੇਂ ਖੁਰਾਕ? ਨਹੀਂ ਹਜੇ ਤਾਂ ਇਹਦੇ 'ਚ ਜਦੋਂ ਭਾਦੋ ਅੱਸੂ ਚੜ ਗਿਆ ਮੂੰਗੀ, ਹਰੀ ਮੂੰਗੀ, ਹਾਂ ਮੁੱਲ ਚਾਹੀਏ ਮਾੜੇ ਮੋਟੇ ਮੋਠ। ਠੀਕ ਹੈ, ਬਾਜਰਾ, ਸਰੋਂ, ਠੀਕ ਹੈ, ਸੋਇਆਬੀਨ, ਠੀਕ ਹੈ, ਮੱਕੀ ਪਹਿਲਾ, ਛੋਲੇ, ਮਗਜ, ਇਹ 8-9 ਚੀਜ਼ਾਂ। ਇਹ ਕਿੰਨਾ ਟਾਈਮ ਪਾਉਂਗੇ ਬਾਈ ਹੁਣ? ਇਹ ਪਾਉਣੀਆਂ ਚਾਹੀਦੀਆਂ ਬਾਈ ਬੰਦੇ ਨੂੰ 20 ਵਿਸਾਖ ਤੱਕ। ਠੀਕ ਹੈ, ਜਿੰਨਾ ਚਿਰ ਬਾਜੀਆਂ ਨਹੀਂ ਛੱਡਦੀ ਹੈ ਨਾ। ਹਾਂ ਉਦੋਂ ਕਬੂਤਰ ਕੱਢ ਲਏ ਉਦੋਂ ਰੋਕ ਲਏ, ਇਹਨਾਂ ਨੂੰ ਕਣਕ ਨਾ ਪਵੇ। ਠੀਕ ਹੈ, ਕਣਕ ਦਾ ਕਬੂਤਰ ਯਾਰ ਭੁੱਖਾ ਮਰਦਾ ਤਾਂ ਖਾ ਲੂ, ਸਿਆਲ 'ਚ ਕਣਕ ਨਹੀਂ ਖਾਂਦੇ। ਠੀਕ ਹੈ, ਅਤੇ ਜਿਹੜੇ ਆਪਾਂ ਕਬੂਤਰ ਧੰਨੇ ਵਾਲੇ ਕਹਿ ਦਿੰਦੇ ਹਾਂ ਜੀ ਕਬੂਤਰ, ਹੁਣ ਹਰੇਕ ਬੰਦਾ ਲਾਲਚੀ ਨੇ ਦੇਖ ਕੇ ਕਹਿ ਰਿਹਾ ਧੰਨੇ ਕੋਲੇ ਕਿੰਨੇ ਕਬੂਤਰ ਸੀਗੇ ਬਾਬੇ ਕੋਲੇ? ਇਹ ਬਾਈ ਅਰੋਡਾ ਸੀ ਜਿਹੜਾ ਭਾਗ, ਉਹ ਰਹਿੰਦੇ ਸੀ ਕੱਚੀ ਪੁੱਚੋ ਵਾਲੇ ਕੋਲੇ। ਠੀਕ ਹੈ ਜੀ, ਇਹ ਸਰਦਾਰ ਸੀ ਬੜੀ ਬਹੁਤ ਸੀ ਸੌਖੇ, ਉਹ ਰਹਿੰਦੇ ਉਹ ਧੰਨਿਆ ਕੱਚੀ ਪੁੱਚੇ ਵਾਲੇ ਦੇ ਗਏ, ਉਹਨਾਂ ਤੋਂ ਧੰਨੇ ਨੂੰ ਕਿਤੇ ਮਿਲ ਗਏ। ਠੀਕ ਹੈ ਜੀ, ਮਿਲੇ ਤਾਂ ਹੀ ਆ ਪੁੱਛ ਲਈ, ਧੰਨਾ ਸੀਗਾ ਛੌਂਕੀ ਵਾਲਾ। ਠੀਕ ਹੈ, ਉਹਨਾਂ ਕੋਲ ਤਾਂ ਯਾਰ ਉਹਨਾਂ ਦਿਨਾਂ 'ਚ ਮੈਂ ਜਾਲ ਵੇਖਿਆ ਕੱਚੀ ਪੁੱਚੇ ਵਾਲਿਆਂ ਦੇ, ਮੈਂ ਨਾ ਕਿਸੇ ਦੇ ਜਾਲ ਹੀ ਨਾ ਕੋਠੇ 'ਤੇ। ਠੀਕ ਹੈ, ਜਦੋਂ ਖੁੱਡਾ ਖੋਲਿਆ ਜਾਲ ਦਾ ਤਾਂ ਕਬੂਤਰ ਕਬੂਤਰੀਆਂ ਖੜੀਆਂ ਪੈਰ ਧਾਰਨ ਨੂੰ ਥਾਨ। ਠੀਕ ਹੈ, ਉਹਨਾਂ ਕੋਲੇ ਧੰਨੇ ਵਾਲੇ ਆ ਗਏ, ਜਿਹੜੇ ਪੁੱਚੋ ਵਾਲੇ ਸੀ ਉਹ ਥੋੜ੍ਹੇ ਜਿਹੇ ਪਿੱਛੇ, ਕਿ ਉਹਨਾਂ ਦਾ ਮੁੰਡਾ ਦਾਰੂ ਜਗੇ ਵਾਲਾ ਗੁੱਗੜ ਵੀ ਰਹਿੰਦਾ ਰਿਹਾ ਕੱਚੀ ਪੁੱਚੇ ਵਾਲਿਆਂ ਕੋਲੇ। ਠੀਕ ਹੈ, ਬਹੁਤ ਤਕੜਾ ਖਿਡਾਰੀ ਸੀ ਆਪਦੀ ਉਹ ਗਰਮੀ ਦਾ। ਠੀਕ ਹੈ, ਧੰਨੇ ਕੋਲੇ ਜਿਹੜੇ ਕਬੂਤਰ ਬਣੇ ਸੀ ਇਹ ਬਾਈ ਕੱਚੀ ਪੁੱਚੇ ਵਾਲਿਆਂ ਤੋਂ ਧੰਨੇ ਕੋਲੇ? ਹਾਂ, ਇੱਕ ਬੋਗੜ ਸੀ ਲਹਿਰੇ ਦਾ। ਠੀਕ ਹੈ, ਕਿਹੋ ਜਿਹੇ ਕਬੂਤਰ ਵੱਧ ਸੀਗੇ ਜਿਹਦੇ ਕੋਲੇ? ਉਹ ਯਾਰ ਜਿਹੜੇ ਲਾਲਚੀ ਨੇ ਆ ਨਾ, ਇਹ ਤਾਂ ਕਿਵੇਂ ਮੰਨ ਜਾ ਵੀ ਇੱਕ ਕਬੂਤਰ ਤੋਂ ਵੀ ਬਣ ਸਕਦੇ ਆ। ਠੀਕ ਹੈ ਯਾਰ, ਉਹ ਲਾਲਚੀਨਾ ਲੱਕੜ ਤੇ ਭੋਲੀ, ਚਾਰ ਪੰਜ ਉਹਦੇ ਕਬੂਤਰ ਉੱਡੇ ਆ। ਠੀਕ ਹੈ, ਐਂ ਵਾਲੇ ਨਹੀਂ ਉੱਡੇ ਕਿਵੇਂ? ਤੂੰ ਕਹਿੰਦੇ ਫਲਾਣੇ ਸਾਹ ਤਾਂ ਨਾ ਜਿੱਤ ਗਿਆ, ਉਹ ਜਿੱਤ ਜਾ, ਉਹ ਲਾਲਚੀਨਾ ਪੂਲੇ ਗਮਾਚ ਗਿਆ ਸੀ। ਠੀਕ ਹੈ, ਉਹ ਬਿੰਦਰ ਦੇ ਪਿਓ ਕੋਲੇ ਰਿਹਾ, ਬਿੰਦਰ ਨੇ ਵੀ ਬਹੁਤ ਚੜ੍ਹਾਈ ਰਹੀ ਐਵੇਂ ਕਹਿ ਦਈਏ, ਤੇ ਬਿੰਦਰ ਕਿਆ ਕੋਲੇ ਵੀ ਕਬੂਤਰ ਪੀੜੀ 'ਚ ਸੀਗੇ? ਹਾਂ, ਉਹਦੇ ਬਾਪ ਦੇ ਰੱਖੇ ਵੇ ਸੀ। ਠੀਕ ਹੈ, ਦਾਦੇ ਬਾਰੇ ਤਾਂ ਨਹੀਂ ਆਪਾਂ ਕਹਿ ਸਕਦੇ। ਠੀਕ ਹੈ, ਉਹ ਵੀ ਆਪ ਪੀੜੀ ਕਾਹਦੀ ਆ ਬਾਈ, ਖਤਮ ਹੋ, ਬਸ ਉਹ ਕਬੂਤਰ ਚੰਗੇ ਸੀ। ਕਬੂਤਰ ਗਾਹਾਂ ਕਿਹਦੇ ਕੋਲ ਬਾਗੇ ਪਤਾ ਨਹੀਂ ਲੱਗਿਆ ਬਾਈ, ਕੱਚਾ ਪੱਕੀ ਭੁੱਚੋ ਬੈਠਿਆ ਪਤਾ ਨਹੀਂ ਕੀ ਨਾਂ ਖੋਲੇ ਗਏ। ਹਾਂ, ਇੱਥੇ ਬੈਠਿਆ ਢਵਾਲੀ। ਠੀਕ ਹੈ, ਨੈਣੇ ਵਾਲੇ ਬੈਠਿਆ 100 ਕਬੂਤਰ ਹੋ। ਠੀਕ ਹੈ, ਹਾਂ ਆਏ ਆ ਬਸ ਖਿੰਡ ਜਾਂਦੇ, ਹੁਣ ਮੇਰੇ ਤਾਏ ਲਾਲ ਦੇ ਕਬੂਤਰ ਬਹੁਤ ਉੱਡੇ ਆ। ਠੀਕ ਹੈ, ਠੀਕ ਹੈ, ਧੰਨੇ ਨਾਲ ਵੀ ਵੱਧ ਉੱਡੇ ਯਾਰ, ਸ਼ਾਦੀ ਦੁਨੀਆ ਨੂੰ ਪੁੱਛਦੇ ਹੋ। ਠੀਕ ਹੈ, ਹੁਣ ਆਪਾਂ ਉਹਦਾ ਨਾਂ ਲੱਗੇ ਉਹਦਾ ਲੱਗੇ ਵੀ ਇਹਦੇ ਸਾਹਮਣੇ, ਉਹ ਮਾੜੀ ਗੱਲ ਹੈ। ਮੇਰਾ ਤਾਂ ਇਹ ਲਾਲ ਤਾਂ ਨਾ
ਬਹੁਤ ਘੱਟ ਬਾਜੀ ਹਾਰਦਾ ਰਿਹਾ। ਠੀਕ ਹੈ ਬਾਈ, ਜਿਹੜੇ ਆਪਾਂ ਕਬੂਤਰਾਂ ਦੀਆਂ ਡਾਈਆਂ ਕਰਾਉਣੇ ਆ, ਕਿੰਨੀਆਂ ਕੁ ਡਾਈਆਂ ਘੱਟ ਤੋਂ ਘੱਟ ਕਰੇ ਹੋਈਆਂ ਚਾਹੀਦੀਆਂ? ਇਹ ਤਾਂ ਯਾਰ ਕਈ ਤਾਂ ਇਹੋ ਜਿਹੇ ਕਬੂਤਰ 9-11 ਇਹ ਤਾਂ ਸਵਾ ਮਹੀਨਾ ਵੀ ਪਾਲਦੇ ਆ। ਤੜਕੇ ਛੱਡਦੇ ਇਹਨਾਂ ਨੂੰ ਤਾਂ ਦੋ ਤਿੰਨ ਬੇਰਾਂ ਤਾਈ ਤੇ ਬਹਿ ਕੇ ਵੀ ਉੱਡ ਜਾਂਦੇ ਆ। ਜਿਹੜੇ ਨਸਲ ਹੈ ਉਹ ਤਾਂ ਬਸ ਦਿਨ ਬੈਠੇ ਆ ਬਾਈ। ਸਾਨੂੰ ਸੁਖਦੇਵ ਨੇ ਦਿੱਤੇ ਸੀ, ਮੋਹਨ ਸਿੰਘ ਨੇ ਵੀ ਦਿੱਤੇ ਆ। ਠੀਕ ਹੈ, ਅਸੀਂ ਬਾਜੀ ਪੁੱਛਣਾ ਨੀ ਕਿਤੇ ਛੱਡੀ ਮੀਰਾ। ਹਾਂ, ਮਿਸ ਮੁਸ ਪਾ ਕੇ ਛੱਡ ਦਿੰਦੇ ਆ ਕੌਲ ਨਾ। ਠੀਕ ਹੈ, ਮੱਠੇ ਵਾਲੇ ਨੇ ਇਹ ਫਿਰ ਨੀ ਟੱਪਦੇ। ਠੀਕ ਹੈ, ਤੇ ਕਬੂਤਰ ਬਾਈ ਬਾਜੀ ਤੇ ਉੱਚਾ ਉੱਡਣ ਵਾਲਾ ਕਾਮਯਾਬ ਹੈ ਜਾਂ ਨਹੀਂ? ਜਿਹੜਾ ਉੱਚਾ ਉਹ ਤਾਂ ਭਾਲਦਾ ਜੇੜ ਤੇ ਹੜ੍ਹ। ਠੀਕ ਹੈ, ਜਿਹੜਾ ਨੀਵਾ ਇਹ ਕਿਵੇਂ ਹਵਾ? ਠੀਕ, ਠੰਡਾ ਮੌਸਮ। ਇਹ ਜਿਹੜਾ ਉੱਚਾ ਕਬੂਤਰ ਆ ਉਹ ਤਾਂ ਪੂਰੀ ਅੱਗ ਭਾਲਦਾ। ਠੀਕ, ਉਹਨੇ ਤਾਹ ਤੋਂ ਆਉਣਾ ਹੀ ਨਹੀਂ, ਆਉਣਾ ਹੀ ਉਦੋਂ ਹੈ ਬਸ, ਆਉਣਾ ਹੀ ਉਦੋਂ ਜ਼ੋਰ ਨਾਲ ਆ ਕੇ ਹੰਭ ਜਾਂਦਾ। ਉਹਨੇ ਆਉਣਾ ਹੀ ਉਦੋਂ ਬਾਈ ਜਦੋਂ ਕਹਿੰਦਾ ਵੀ ਹੁਣ ਮਾਲਕ ਨੂੰ ਕਹਿ ਦਿੰਦਾ ਵੀ ਇੰਤਜ਼ਾਮ ਕਰ ਲਾ, ਮੈਂ ਆ ਗਿਆ ਆਏ ਹਾਂ। ਠੀਕ ਹੈ, ਅਤੇ ਬਾਈ ਹੁਣ ਆਪਾਂ ਬਾਈ ਘੱਤਾ ਜੀ ਗੋਮਟੀ ਉਹਨਾਂ ਦੇ ਭਤੀਜੇ ਨਾਲ ਗੱਲ ਕਰਾਵਾਂਗੇ, ਜਿਹੜੇ ਇਹਨਾਂ ਦੇ ਇਸ ਵਕਤ ਕਬੂਤਰਾਂ ਦੇ ਕਰਤਾ ਧਰਤਾ, ਅਤੇ ਜਿਹੜੇ ਕਬੂਤਰ ਇਸ ਵਕਤ ਯਾਨੀ ਕਿ ਡਾਉਂਦੇ ਆ ਬਾਜ਼ੀਆਂ ਛੱਡਦੇ ਆ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਕਿਉਂਕਿ ਤੁਹਾਨੂੰ ਪਤਾ ਹੀ ਬਾਈ ਉਮਰ ਦੇ ਹਿਸਾਬ ਨਾਲ ਗੱਲਾਂ ਵੀ ਭੁੱਲ ਜਾਂਦੇ, ਨਹੀਂ ਯਾਦ ਰਹਿੰਦੀਆਂ ਬੰਦੇ ਦੇ, ਹੈ ਨਾ। ਗੱਲ ਹੁਣ ਆਪਾਂ ਉਹਨਾਂ ਦੇ ਭਤੀਜੇ ਨਾਲ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਸਾਡੇ ਲਈ ਟਾਈਮ ਕੱਢਣ ਖਾਤਰ। ਅਤੇ ਬਾਈ ਜੀ ਜਿਹੜੇ ਆਪਾਂ ਕਬੂਤਰ ਜ਼ਿਆਦਾਤਰ ਬਣੇ ਆਪਣੇ ਕੋਲ, ਕਿਹੜੇ ਕਬੂਤਰਾਂ ਦੇ ਕਬੂਤਰ ਵੱਧ ਨੇ? ਸਾਡੇ ਕੋਲ ਮੋਹਨ ਸਵਾਲ ਜ਼ਿਆਦੇ ਆ ਬਾਈ। ਠੀਕ ਆ, ਅਤੇ ਕਿਹੜੇ ਸਣ ਦੇ ਕਬੂਤਰ ਆਏ ਵੇ ਤੁਹਾਡੇ ਕੋਲ ਜ਼ਿਆਦਾਤਰ? ਮੇਰੇ ਤਾਂ ਸੁਰਤ ਦੇ ਹੀ ਆ ਬਾਈ ਯਾਰ। ਠੀਕ ਹੈ, ਸੁਰਤ ਦੇ ਆ। ਅਤੇ ਆਪਾਂ ਜਿਹੜੇ ਕਬੂਤਰ ਬਾਈ ਆਪਾਂ ਕਹਿ ਦਿੰਦੇ ਹਾਂ ਵੀ ਉੱਚੇ ਉੱਡਣ ਵਾਲੇ ਕਬੂਤਰ, ਨੀਵੇਂ ਉੱਡਣ ਵਾਲੇ, ਤੁਹਾਡੇ ਕੋਲ ਕਿਹੜੀ ਡਾਰ ਦੇ ਕਬੂਤਰ ਵੱਧ ਨੇ? ਸਾਡੇ ਕੋਲ ਖਿੱਲ ਕਬੂਤਰ ਵੀ ਹੈ ਬਾਈ। ਠੀਕ, ਖਿੱਲ ਤਾਂ ਬਾਈ ਘੰਟਿਆਂ ਵਾਲਾ ਹੀ ਹੈ। ਠੀਕ, ਕਿਵੇਂ 2-3 ਵਜੇ ਤੋਂ ਪਹਿਲਾਂ ਬਾਈ ਨਿਬੜਦੀ ਆ, ਫਿਰ ਤਾਂ ਖਿੱਲ ਕਬੂਤਰ ਬਾਈ ਕੱਢ ਦਿੰਦਾ। ਕਿਹੜੇ ਕਬੂਤਰਾਂ 'ਚੋਂ ਨੇ ਬਾਈ ਉਹ? ਖਿੱਲ ਸਾਡੇ ਕੋਲ ਭਾਗ ਵਾਲੇ ਅਤੇ ਬਿੱਲੇ ਵਾਲੇ ਕਬੂਤਰ ਵਾਲੇ ਖਿੱਲ ਆ ਬਾਈ। ਠੀਕ, ਅਤੇ ਪੁੰਨੂ ਵਾਲੇ? ਅਤੇ 2-3 ਵਜੇ ਵਾਲੀਆਂ ਬਾਜ਼ੀਆਂ ਜਿਹੜੀਆਂ ਮੋਕਦੀਆਂ ਉਹ ਨਿਬੇੜ ਦਿੰਦੇ ਆ? ਨਿਬੇੜ ਦਿੰਦੇ ਆ। ਠੀਕ ਹੈ, ਅਤੇ ਦੂਜੇ ਬਾਈ ਕਿਹੜੇ ਕਬੂਤਰ ਲਾਮ ਵਾਲੀਆਂ ਆਪਾਂ ਕਿਵੇਂ? ਲਾਮ ਵਾਲੀਆਂ ਬਾਈ ਕਿੱਕਰ ਮਟਰ ਵੀ ਦੇਣ ਸਪਾ ਦਿੰਦੇ ਆ। ਠੀਕ, ਪੁੰਨੂ ਵਾਲੇ ਕਬੂਤਰ ਹੀ ਦੇਣ ਸਪਾ ਦਿੰਦੇ ਆ, ਜੱਸੋ ਵਾਲੇ ਵੀ ਦੇਣ ਸਪਾ ਦਿੰਦੇ ਆ। ਠੀਕ ਹੈ, ਅਤੇ ਜਿਹੜੇ ਪੁੰਨੂ ਵਾਲੇ ਅਤੇ ਆਪਾਂ ਜੱਸੋ ਵਾਲੇ ਕਹਿੰਦੇ ਬਰੀਡ ਦਾ ਇੱਕ ਹੀ ਆ ਬਾਈ, ਇਹ ਅੱਡੋ ਅੱਡ ਕਿਵੇਂ ਹੋਏ ਵੀ ਆ, ਕੀ ਹਿਸਾਬ ਕਿਤਾਬ ਆ ਇਹਨਾਂ ਦਾ? ਯਾਰ ਸਾਡੇ ਤਾਂ ਜਿਵੇਂ ਆਏ ਪਿਆ ਕੀ ਨਿਸ਼ਾਨੀਆਂ ਤੇ ਜੱਸੋਵਾਲ ਦੀਆਂ? ਜਿਹੜੇ ਸਾਡੇ ਕੋਲੇ ਪੁੰਨੂ ਵਾਲੇ, ਸਾਡੇ ਕੋਲੇ ਰੱਤੇ ਵੀ ਕਾਲੀਆਂ ਦੇ ਆ, ਕੱਢ ਦਿੰਦੇ ਆ, ਕਾਲਸਰੇ ਕਾਲੀਆਂ ਦੇ ਵੀ ਕੱਢ ਦਿੰਦੇ ਆ, ਤੇ ਹਰੀਆਂ ਦੇ ਕਾਲਸਰੇ ਵੀ ਕੱਢ ਦਿੰਦੇ, ਖੱਟੀਆਂ ਦੇ ਵੀ ਕੱਢ ਦਿੰਦੇ, ਖੱਟੀਆਂ ਦੇ ਤਾਂ ਟਮਾਟਰ ਲਈ ਕੱਢਦੇ ਆ, ਚਿੱਟੀਆਂ ਦੇ ਕੱਢ ਦਿੰਦੇ ਕਾਲੀ ਨੁੱਕ ਦੇ, ਉਹ ਤਾਂ ਬਾਈ ਜੱਸੋਵਾਲ ਬਣ ਜਾਂਦੇ ਹੋਣਗੇ ਫਿਰ? ਨਾ ਨਾ, ਪੁੰਨੂ ਵਾਲਿਆਂ ਦੇ, ਜਿਹੜੇ ਸਾਡੇ ਵੱਡੇ ਜੋੜੇ ਪੁੰਨੂ ਵਾਲਿਆਂ ਦੇ, ਜਿਵੇਂ ਲੱਗੇ ਪਏ ਚੱਕ 'ਚ ਆਏ ਪਏ ਜੱਸੋਵਾਲ ਨੇ ਫਿਰ ਬਾਈ, ਤੇ ਉਹ ਖੱਟੀਆਂ ਦੇ ਆ ਬਾਈ, ਉਹ ਤੁਹਾਡੇ ਕੋਲ ਖੱਟੀਆਂ ਦੇ? ਖੱਟੀਆਂ ਦੇ, ਖੱਟੀਆਂ ਦੇ, ਹਾਂ ਖੱਟੀਆਂ। ਠੀਕ ਆ, ਲਾਲ ਜੀ ਨੇ? ਠੀਕ ਆ, ਤੇ ਹੋਰ ਬਾਈ ਆਪਣੇ ਕੋਲ ਕਿਹਦੇ ਕਬੂਤਰ ਜ਼ਿਆਦਾਤਰ ਆਏ ਪਏ? ਸਾਡੇ ਕੋਲ ਤਾਂ ਬਸ ਚਾਚੇ ਨੇ ਲਿਆਂਦੇ, ਉਹ ਨਿਹੰਗ ਤੋਂ ਲਿਆਂਦੇ ਪਿਆ, ਮਹਾਰਾਜਾਂ ਤੋਂ, ਬਾਂਸੇ ਦੇ ਪਿਓ ਤੋਂ। ਠੀਕ ਆ, ਤੇ ਕਬੂਤਰ ਕਹੇ ਜੇ ਨੇ ਬਾਈ? ਚਿੱਟੀਆਂ ਅੱਖਾਂ ਦੇ, ਸਪੈ ਚਿੱਟੇ ਆ, ਕਾਲੀਆਂ ਨੋਕਾਂ, ਕਾਲੀਆਂ ਨੋਕਾਂ ਦੇ, ਕਾਲੀਆਂ ਨੋਕਾਂ, ਹਾਂ। ਉਹ ਕਿੰਨੇ ਕੁ ਡਾਵੇ ਆ ਜੀ ਕਬੂਤਰ? ਉਹ ਘਰੇ ਤਾਂ 12-1 ਵਜੇ ਤੱਕ ਹੀ ਉੱਡਦੇ ਆ ਬਸ, ਤੇ ਬਾਹਰ ਬਾਈ ਕਿੰਨਾ ਜ਼ੋਰ ਬਹੁਤ ਲਾਉਂਦੇ ਆ ਬਾਈ? ਬਾਹਰ ਫੁੱਲ ਜ਼ੋਰ ਲਾਉਂਦੇ, ਸਿਰਾ ਕਰ ਦਿੰਦੇ ਆ ਬਾਈ। ਠੀਕ ਹੈ, ਤੇ ਘਰੇ ਬਾਈ ਤੁਸੀਂ ਕਿੰਨੀਆਂ ਕਟਾਈਆਂ ਲੈ ਲੈਂਦੇ ਹੋ ਕਬੂਤਰ? ਜਿਵੇਂ ਅੱਜ ਆਪਾਂ ਕੱਢਦੇ, ਜਿਵੇਂ ਮੰਨ ਲਓ ਵੀ ਚੇਤ ਜਾਂ ਵਿਸਾਖ 'ਚ ਆਪਾਂ ਕਬੂਤਰ ਕੱਢਣੇ ਸ਼ੁਰੂ ਕਰ ਦਿੰਦੇ ਹਾਂ, ਕੋਈ ਚੇਤ 'ਚ ਕਰਦਾ, ਕੋਈ ਵਿਸਾਖ 'ਚ, ਕੋਈ ਜੇਠ ਤੋਂ ਵੀ ਸ਼ੁਰੂ ਕਰ ਦਿੰਦਾ ਜਿਹਨੇ ਲੇਟ ਵਾਲੀਆਂ ਛੱਡਣੀਆਂ, ਕਿੰਨੇ ਕੁ ਦਿਨ ਪਹਿਲਾਂ ਕੱਢ ਲੈਂਦੇ ਬਾਈ ਕਬੂਤਰ? ਅਸੀਂ 10-15 ਦਿਨ ਸੁੱਕਾ ਛੱਡਦੇ ਹਾਂ ਬਾਈ ਕਬੂਤਰ ਲਗਾਤਾਰ, ਹਾਂ। ਉਦੋਂ ਬਾਅਦ ਫਿਰ ਬਾਈ 5-6 ਬਾਣੀਆਂ ਲਾ ਕੇ 5-7 ਬਾਈ 'ਚ ਛੱਡ ਦਿੰਦੇ ਹਾਂ ਬਾਈ। ਪਹਿਲਾਂ ਲਗਾਤਾਰ 12 ਅਡਾਈਆਂ ਕਰਾ ਕੇ ਲਗਾਤਾਰ ਸਿੱਧਾ ਪਾਣੀ ਲਾ ਦਿੰਦੇ ਹੋ? ਸਿੱਧਾ ਪਾਣੀ ਲਾ ਦਿੰਦੇ, ਬੰਦ ਨਹੀਂ ਕਰਿਆ ਬਾਈ, ਨਾਲ ਹੀ ਨਾਲ ਪਾਣੀ 'ਚ ਕਰ ਬਾਈ। ਜਿਵੇਂ ਆਪਾਂ ਕਹਿੰਦੇ ਹਰੀਆਂ ਬੈਠਾਂ ਮਾਰਨਾ, ਕਈ ਵੀ ਗਰਮੀ ਪੈ ਜਾਂਦੇ, ਫਿਰ ਉਹਦਾ ਟ੍ਰੀਟਮੈਂਟ ਕੀ ਕਰਦੇ ਹੋ ਤੁਸੀਂ? ਕੋਈ ਦਾਏ ਦੂਏ ਟਾਈਮ ਸਿਰ ਪੈ ਜਾਣ, ਹਟ ਜਾਂਦੇ ਮਾਰ ਨੂੰ, ਕੋਈ ਲੇਟ ਪੈ ਜਾਂਦਾ ਮੱਚ ਜਾਂਦਾ ਕਬੂਤਰ। ਕਿੰਨੇ ਉੱਡ ਕੇ ਆਏ ਨੂੰ ਕਿੰਨੇ ਕੁ ਟਾਈਮ ਬਾਅਦ ਪਾਣੀ ਪੂਣੀ ਰੱਖਦੇ ਬਾਈ ਤੁਸੀਂ? ਅਸੀਂ ਉੱਤੋਂ ਆਏ ਨੂੰ ਪਹਿਲਾਂ ਬਾਈ ਧੁੱਪ ਧੁੱਪ ਲਵਾ ਦਿੰਦੇ ਹਾਂ, ਫਿਰ 1.5 ਘੰਟੇ ਬਾਅਦ ਪਾਣੀ, 40 ਮਿੰਟ ਬਾਅਦ ਪਾਣੀ ਪੀਣ ਪਿਆ ਦਿੰਦੇ ਹਾਂ। ਠੀਕ ਹੈ, ਉਦੋਂ ਖਿੱਚ ਖੁੱਚ ਜਾਂਦੇ ਆ, ਉਦੋਂ ਬਾਅਦ ਬਦਾਮ ਦਾਏ ਦੂਣੇ ਪਾ ਦਿੰਦੇ ਹਾਂ। ਕਿੰਨੇ ਕੁ ਬਦਾਮ ਪਾਉਣੇ ਬਾਈ ਕਬੂਤਰ ਨੂੰ? ਪਾਈ ਦਿੰਦੇ ਹਾਂ 10-10, 15-15 ਬਾਈ, 10-10, ਹਾਂ। ਖਿੱਲ ਨੂੰ ਵੱਧ ਪਾ ਦਿੰਦੇ ਹਾਂ, ਜਿਹੜਾ ਬਾਈ ਘੱਟ ਉੱਡਦਾ ਉਹਨੂੰ ਘੱਟ ਪਾ ਦਿੰਦੇ, ਖਿੱਲ ਕਬੂਤਰ ਬਦਾਮ ਘੱਟ ਚੁੱਕਦਾ ਨਾ, ਜਿਹੜਾ ਘੱਟ ਡਾਵਾ ਉਹਦਾ ਖੁਰਾਕ ਵੀ ਘੱਟ ਖਿੱਚੂ। ਤੇ ਕਿੰਨੇ ਕੁ ਬਾਈ ਤੁਸੀਂ ਮੰਨ ਕੇ ਚੱਲੋ ਵੀ 10 ਬਦਾਮ ਰੈਗੂਲਰ ਪਾਉਣੇ ਆ, ਤੇ ਦਾਣੇ ਕਿੰਨੇ ਕੁ ਫਿਰ ਉਦੋਂ ਬਾਅਦ? ਇਕੱਲੇ ਦਾਣੇ ਕਣਕ? ਦਾਣੇ ਪਾ ਕੇ ਰੱਖਦੇ ਆ, ਜਿੰਨੇ ਮਰਜ਼ੀ ਖਾ ਲੈ, ਇਕੱਲੀ ਕਣਕ ਪਾਉਣੇ, ਇਕੱਲੀ ਕਣਕ। ਤੇ ਜਿਵੇਂ ਹੁਣ ਆਪਾਂ ਬਾਈ ਜੋੜੇ ਲਾਉਣੇ ਆ ਬੱਚਿਆਂ ਵਾਲੇ, ਉਹ ਕਿਹੜੀ ਖੁਰਾਕ ਜ਼ਿਆਦਾਤਰ ਚੱਲਦੀ ਆ ਤੁਹਾਡੀ? ਅਜੇ ਤਾਂ ਸਰੋਂ ਵੀ ਪਾ ਦਿੰਦੇ ਆ, ਬਾਜਰਾ ਵੀ, ਮੱਕੀ ਵੀ, ਠੀਕ ਹੈ, ਮਿਕਸੀ ਸਾਰਾ ਕੁਝ ਪਾ ਦਈਦਾ ਬਾਈ।
ਬੈਠੇ ਕਬੂਤਰ ਉਹਦੇ ਨਾਲ ਕੋਈ ਬਾਈ ਸੁੱਕਦੇ ਸਕਦੇ ਕੋਈ ਸਾਈਡ ਇਫੈਕਟ ਕਰੇ ਹੋਇਆ ਮਹੀਨਾ ਪਹਿਲਾਂ ਗੋਲੀ ਲਾ ਦਿੰਦੇ ਆ ਬਈ ਖਰਾਬ ਪਾਉਂਦੇ ਹੋਣਗੇ ਹਾਂ ਹਾਂ ਫਿਰ ਉਹੀ ਚੱਕਰ ਉਹਦੇ ਕਰਕੇ ਬਹੁਤ ਬਚਤ ਰਹਿ ਜਾਂਦੀ ਹੈ ਤੇ ਬੱਚਿਆਂ ਵਾਲੇ ਕਬੂਤਰਾਂ ਨੂੰ ਕਿਹੜੀ ਚੀਜ਼ ਵੱਧ ਜਿਵੇਂ ਆਪਾਂ ਕਹਿ ਦਿੰਦੇ ਵੀ ਕੈਲਸ਼ੀਅਮ ਅੱਜ ਕੱਲ੍ਹ ਹੋਰ ਬਥੇਰਾ ਕੋ ਪਾਉਣੇ ਕੋਈ ਕੋਈ ਸਿਰਪ ਪਾਇਆ ਕੋਈ ਨਾ ਨਾ ਕੁਛ ਨਹੀਂ ਪਾਇਆ ਬਈ ਪਹਿਲੇ ਦਾਣੇ ਦੇ ਕਬੂਤਰ ਉਹ ਕਰਦੇ ਹਾਂਜੀ ਤੇ ਹੋਰ ਬਾਈ ਕੋਈ ਗੱਲਬਾਤ ਦਰਸ਼ਕਾਂ ਨਾਲ ਆਪਣੇ ਨਾਲ ਕਰਨੀ ਚਾਹੁੰਦੇ ਹੋ ਤੁਸੀਂ ਕੋਈ ਸਿੱਖਿਆ ਵਾਲੀ ਗੱਲ ਦੱਸਣੀ ਚਾਹੁੰਦੇ ਹੋ ਬਸ ਬਈ ਆਪਾਂ ਤੇ ਉਹ ਪ੍ਰੇਮ ਵਾਲੀ ਕੋਈ ਨਹੀਂ ਬਈ ਕਿਹੜੇ ਕਲੱਬ ਵਾਲੀਆਂ ਬਾਜ਼ੀਆਂ ਛੋੜਦੀਆਂ ਬਈ ਕਬੂਤਰ ਘੱਟ ਹੋਇਆ ਕਰਨ 40-50 ਕਬੂਤਰ ਐਂਟਰ ਕਰਕੇ ਸੜਾ ਦਿੰਦੇ ਲੋਕ 100-100 ਕਬੂਤਰ ਠੀਕ ਹੈ ਜੀ ਅਤੇ ਜਿੰਨੇ ਕੁ ਐਂਟਰੀ 'ਤੇ ਲਿਖਿਆ ਹੁੰਦਾ ਕਬੂਤਰ 40-50 ਉਨੀ ਛੜਾਇਆ ਕਰਨ ਵੱਧ ਨਾ ਛੜਾਇਆ ਕਰਨ ਠੀਕ ਹੈ ਜੀ ਬਿਲਕੁਲ ਸਹੀ ਗੱਲ ਬਾਈ ਤੁਸੀਂ ਆਪ ਵੀ ਪਿੰਡ ਬਾਜ਼ੀ ਕਰਾਉਂਦੇ ਹੋ ਹਾਂ ਠੀਕ ਹੈ ਅੱਗੇ ਤੁਹਾਡਾ ਪਿੰਡ ਬਾਜ਼ੀ ਦਾ ਤੁਹਾਡਾ ਗੌਮਟੀ ਦਾ ਅਸੀਂ ਬਹੁਤ ਨਾਂ ਸੁਣਿਆ ਵੀ ਇੱਕ ਸਾਡੇ ਬੰਨੀ ਗੌਮਟੀ ਉੱਥੇ ਹੀ ਬਾਜ਼ੀਆਂ 3-3 4-4 ਵੀ ਕਰਾ ਦਿੰਦੇ ਆ ਬੰਦੇ ਆਪਣੇ ਮਿੱਤਰ ਕਹਿੰਦੇ ਹੋਣੀ ਇਕੱਲੇ ਮੁੰਡੇ ਦੀ ਕਹਿੰਦੇ ਦੇ ਕਬੂਤਰ ਰੱਖਿਆ ਰਾਵਣਾ ਕਹਿੰਦਾ ਪਹਿਲਾਂ 4-5 ਸੀਗੇ ਅਤੇ ਮੰਨ ਕੇ ਚੱਲੋ ਬਾਈ ਹੁਣ ਬਾਜ਼ੀਆਂ ਪਹਿਲਾਂ ਵਾਲੀਆਂ ਬਾਜ਼ੀਆਂ ਅਤੇ ਹੁਣ ਵਾਲੀਆਂ 2014 ਤੋਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਦੋਸਤੋ 2014 ਤੋਂ ਬਾਹਲੀ ਅੱਪ ਹੋਈ ਹੈ ਕਬੂਤਰਬਾਜ਼ੀ 13-14 ਤੋਂ ਕਿਉਂਕਿ 15 ਕੁ ਤੱਕ 7 ਸਾਲ ਦੀ ਹੋਏ ਆ ਜੀ ਗੱਲ 14 ਤੋਂ ਬਾਹਲੀ ਮਸ਼ਹੂਰ ਹੋ ਗਿਆ ਕੰਮ ਕਬੂਤਰਬਾਜ਼ੀ ਦਾ 15 ਕੁ ਤੱਕ ਯਾਨੀ ਕਿ ਮੈਂ ਆਪ ਵੱਧ ਛੱਡੀਆਂ 15 ਤੋਂ ਬਾਅਦ ਹੀ ਮੈਂ ਛੱਡਣੋਂ ਹਟਿਆ ਘੱਟ ਛੱਡੀਆਂ ਵਜੇ ਬਿਮਾਰ ਹੋ ਗਿਆ ਕਰਕੇ ਹੋਰ ਪ੍ਰੋਬਲਮ ਲਾ ਲਓ 14 ਤੋਂ ਬਾਹਲੀ ਜ਼ਿਆਦਾ ਅੱਪ ਹੋ ਗਈ ਕਬੂਤਰਬਾਜ਼ੀ ਪਹਿਲਾਂ ਕਬੂਤਰਬਾਜ਼ੀ ਠੀਕ ਸੀ ਉਦੋਂ ਬਾਅਦ ਜਾਂ ਦੀ ਬਾਈ ਟਰੈਕਟਰ ਰੰਗੀਆਂ ਸ਼ਾਇਦ ਰੰਗੀਆਂ ਤੋਂ ਝੱਲਿਆ ਕੰਮ 13-14 ਸ਼ਾਇਦ ਰੱਖਿਆ ਮੈਨੂੰ ਆਉਣਾ ਪੱਕਾ ਨਹੀਂ ਕਨਫਰਮ ਕਿਲਾ ਰਾਏਪੁਰ ਵਾਲੇ ਗਰੁੱਪ ਤੋਂ ਬਾਅਦ ਹੀ ਬਾਹਲਾ ਹਊਆ ਹੋ ਗਿਆ ਕਬੂਤਰਬਾਜ਼ੀ ਦਾ ਅਤੇ ਉਦੋਂ ਪਹਿਲਾਂ ਵਧੀਆ ਸੀ ਜਾਂ ਬਾਈ ਜਦੋਂ ਹੁਣ ਅਪਗ੍ਰੇਡ ਹੋ ਗਿਆ ਕੰਮ ਉਹ ਹੁਣ ਵਧੀਆ ਕਬੂਤਰਬਾਜ਼ੀ ਹੁਣ ਆਏ ਆ ਬਾਈ ਪੈਸਾ ਵੱਧ ਹੋ ਜਾਂਦਾ ਤਕੜੇ ਨਾਮ ਹੋ ਜਾਂਦੇ ਆ ਕਬੂਤਰ ਵੱਧ ਹੋ ਜਾਂਦੇ ਮੁੱਢ ਵੱਧ ਰੱਖਣ ਲੱਗ ਗਏ ਉਹ ਜਿਹਾ ਉਦੋਂ ਮੁੱਢ 1200 ਸੀਗਾ ਹੁਣ ਮੁੱਢ ਤੈਨੂੰ ਪਤਾ 2200-3200 ਤਾਂ ਨੋਰਮਲੀ ਆ ਹੁਣ ਤੇ ਮੰਨਦੇ ਹੋ ਬਾਈ ਤੁਸੀਂ ਵੀ ਪਹਿਲਾਂ ਨਾਲੋਂ ਹੁਣ ਵੱਧ ਥੋੜ੍ਹਾ ਜਿਹਾ ਰੁਝਾਨ ਹੋ ਗਿਆ ਕਰਕੇ ਥੋੜ੍ਹਾ ਜਿਹਾ ਚੱਕਰ ਵੱਧ ਗਏ ਥੋੜ੍ਹੇ ਜਿਹੇ ਨਹੀਂ ਹੁਣ ਆਏ ਨਾ ਉਹ ਜਿਹਾ ਕਬੂਤਰ ਵੀ ਵੱਧ ਹੋ ਜਾਂਦੇ ਬਾਈ ਅਤੇ ਕਬੂਤਰ ਵੀ ਉਹ ਜਿਹਾ ਜ਼ਿਆਦਾ ਤਕੜਾ ਛੱਡਣਾ ਪੈਂਦਾ ਪਹਿਲਾਂ ਨੋਰਮਲ ਕਬੂਤਰ ਹੀ ਬਾਈ ਕੱਢ ਜਾਂਦਾ ਸੀਗਾ ਹੁਣ ਡਾਕਲੀ ਕਬੂਤਰ ਛੱਡਣਾ ਪੈਂਦਾ ਮਾੜਾ ਕਬੂਤਰ ਨਹੀਂ ਕੰਮ ਕਰਦਾ ਹੁਣ ਇੱਕ ਬਾਈ ਜਦੋਂ ਦੇ ਨਾਮ ਟਰੈਕਟਰ ਮੋਟਰਸਾਈਕਲ ਵੱਧ ਗਏ ਹੁਣ ਮੇਰੇ ਵਰਗਾ ਹਰੇਕ ਰੱਖੀ ਜਾਂਦਾ ਅਗਲਾ ਕਹਿੰਦਾ ਪਤਾ ਨਹੀਂ ਆਪਾਂ ਵੀ ਹੱਥ ਨੂੰ ਜਿੱਤ ਲੈ ਮੈਂ ਪਤਾ ਨਹੀਂ ਅਗਲੇ ਨੂੰ ਵੀ ਇਹਦੇ ਵਿੱਚ ਬਹੁਤ ਕੁਛ ਆ ਵਿੱਚ ਬੜੇ ਤੋਂ ਰੱਖੇ ਤੋਂ ਪਤਾ ਲੱਗਦਾ ਬੰਦੇ ਦਾ ਫਿਰ 1-2 ਸਾਲ 'ਚ ਨੱਕ ਜਿਹਾ ਮਰ ਜਾਂਦਾ ਜੇ ਹਰ ਜਾਂਦਾ ਵੀ ਯਾਰ ਇਹ ਤਾਂ ਉਹੀ ਗੱਲਾਂ ਹੀ ਨੇ ਜਿੱਤਣਾ ਜਿੱਤਣਾ ਬਹੁਤ ਔਖਾ ਹੋਇਆ ਪਿਆ ਹੁਣ ਬਾਈ ਹੁਣ ਤਾਂ ਬਹੁਤ ਪੇਚੀਦਾ ਗੇਮ ਹੋ ਗਿਆ ਜਵਾਕਾਂ ਨੂੰ ਵੀ ਭੇਤ ਆ ਗਿਆ ਬਿਲਕੁਲ ਹੁਣ ਬਾਈ ਜਿੱਤਣੀ ਬਹੁਤ ਔਖੀ ਹੈ ਬਹੁਤ ਔਖੀ ਹੋਈ ਪਿਆ ਪਹਿਲਾਂ ਸੌਖਾ ਸੀ ਕੰਮ ਹੁਣ ਤਾਂ ਅੱਜ ਤੋਂ ਯਾਰ 9-10, 7-8 ਦਾ 10 ਸਾਲ ਪਹਿਲਾਂ ਇਹ 2-2.5 ਵਜੇ ਨੂੰ ਬਾਈ ਜਿੱਤੇ ਘਰੇ ਆਏ ਜਾਂਦੇ ਸੀ ਨਾ ਬਾਈ ਆਰਾਮ ਨਾਲ ਘਰੇ ਆਏ ਸਹੀ ਗੱਲ ਆ ਤੁਹਾਡੀ 2014 ਤੱਕ ਪੂਰਾ ਵਧੀਆ ਸੀ ਕੰਮ 14 ਤੋਂ ਬਾਅਦ ਹੁਣ ਜੇਠ 'ਚ ਪੰਜ ਤਾਂ ਹੁਣ ਲੋ 'ਚ ਵੀ ਕਬੂਤਰ ਰੈਂਸ ਪਾ ਦਿੰਦੇ ਬਾਈ ਅਸੀਂ ਦੇਖੀ ਜਾਂਦੇ ਹੁਣ ਤੁਸੀਂ ਵੀ ਦੇਖਦੇ ਹੋ ਹੁਣ ਤੁਸੀਂ ਐਂ ਹਿਸਾਬ ਲਾ ਲਓ ਗਰਮੀ ਪੂਰੀ ਹੁੰਦੀ ਆ 6 ਵਜੇ ਵੀ 20-20 ਕਬੂਤਰ 15-15 ਫਿਰਦੇ ਹੁੰਦੇ ਆ ਆ ਹਾੜ 'ਚ ਦੁਸਰਾਂ ਪੈ ਗਈਆਂ ਪੈ ਜਾਂਦੇ ਕਿਉਂਕਿ ਹਵਾ ਦੇ ਵਿੱਚ ਝੋਨਾ ਜਦੋਂ ਦਾ ਲੱਗਣਾ ਸ਼ੁਰੂ ਹੋਇਆ ਹਵਾ 'ਚ ਨਵੀਂ ਵੱਧਦੀ ਜਾ ਰਹੀ ਹੈ ਚਿਪ ਚਿਪਾ ਵਣ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਬੂਤਰ ਥੱਲੇ ਵਾਲਾ ਮੌਸਮ ਉਹਨਾਂ ਨੂੰ ਫਿੱਟ ਨਹੀਂ ਬੈਠਦਾ ਉੱਚਾ ਉੱਡਦੇ ਆ ਤਾਂ ਖੜੇ ਕਬੂਤਰ ਮੌਸਮ ਉਹਨਾਂ ਨੂੰ ਵੈਦਰ ਵਧੀਆ ਲੱਗਦਾ ਤਾਂ ਉੱਚੇ ਉੱਡੀ ਜਾਂਦੇ ਤਾਂ ਹੀ ਲਾਮ ਕੱਢ ਜਾਂਦੇ ਆ ਬਾਈ ਚੱਕਰਵਾਈ ਕਬੂਤਰ ਕੱਢਦਾ ਬਾਈ ਲਾਮ ਦਾ ਬਾਲੀ ਕਿਆ ਉਹ ਬੈਂਦਾ ਕਬੂਤਰ ਹੀ ਮੁੜ ਗਿਆ 2-2.5 ਘੰਟੇ ਕਬੂਤਰ ਚੱਕਰਵਾਈ ਮੁੜਦਾ ਨਹੀਂ ਮੀਂਹ ਆਰਡਰ ਵਾਲਾ ਕਬੂਤਰ ਕਾਮਯਾਬ ਬਾਈ ਥੱਲੇ ਮੱਚ ਜਾਂਦਾ ਹੁਮਸੀ ਵਾਲ ਕਿੱਥੇ ਸਾਰਾ ਦਿਨ ਕਬੂਤਰ ਨੇ ਜ਼ੋਰ ਲਾਉਣਾ ਕਿੱਥੇ ਤਾਂ ਤੋਂ ਖੜਨਾ ਉਹਨੇ ਚੱਕਰ ਮਾਰ ਕੇ ਥੱਲੇ ਆਉਣਾ ਫੇਰ ਮੁੜ ਜਾਣਾ ਫੇਰ ਆਉਣਾ ਫੇਰ ਕਿੱਥੇ ਕਬੂਤਰ ਨੇ ਇਧਰ ਨੂੰ ਲੰਘਿਆ ਇਧਰ ਨੂੰ ਲੰਘਿਆ ਸਾਰਾ ਦਿਨ ਪੱਲਿਆਂ ਦਾ ਜ਼ੋਰ ਨੀਵਾ ਕਬੂਤਰ ਤਾਂ ਫਿਰਨੀ ਤੋਂ ਫਿਰਨੀ ਹੋ ਜਾਂਦਾ ਬਸ ਪੱਲਿਆਂ ਦਾ ਜ਼ੋਰ ਲੱਗੀ ਜਾਂਦਾ ਉਹਦਾ ਤੇ ਹੋਰ ਬਾਈ ਕੋਈ ਸਿੱਖਿਆ ਦੀ ਗੱਲ ਕੋਈ ਕਬੂਤਰ ਬਾਜੀ ਜ਼ਿੰਦਗੀ 'ਚ ਕੀ ਸਿੱਖਿਆ ਤੁਸੀਂ ਵੀ ਬਾਜੀਆਂ ਦੇ ਕਰਕੇ ਕੋਈ ਨਸ਼ੇ ਪੱਤੇ ਦਾ ਜਾਂ ਕੋਈ ਹੋਰ ਗੱਲ ਕਿਹੜੀਆਂ ਕਿਹੜੀਆਂ ਗੱਲਾਂ ਤੋਂ ਤੁਹਾਡਾ ਛੁਟਕਾਰਾ ਹੋਇਆ ਜ਼ਿੰਦਗੀ ਦੇ ਵਿੱਚ ਵੀ ਯਾਰ ਆਹ ਗੱਲਾਂ ਆਪਣੀ ਭੈੜੇ ਐਬ ਸੀ ਜਾਂ ਐਬ ਪੈਣੀ ਸੀ ਤਾਂ ਬਚ ਗਏ ਇਹ ਚੀਜ਼ਾਂ ਤੋਂ ਨਹੀਂ ਬਚੇ ਪਈ ਆ ਬਈ ਘਰੇ ਰਹੀਦੇ ਆ ਕਬੂਤਰ ਛੱਡੀਦੇ ਆ ਬਾਹਰ ਅੰਦਰ ਜਾਂਦੇ ਨੀਗੇ ਜੇ ਬਾਹਰ ਅੰਦਰ ਜਾਵਾਂਗੇ ਨਸ਼ਾ ਕਰਨ ਲੱਗ ਜਾਵਾਂਗੇ ਹੁਣ ਘਰੇ ਰਹਿੰਦੇ ਕਬੂਤਰ ਛੱਡ ਲੈਂਦੇ ਆ ਮੌਜ ਨਾਲ ਬਾਈ 'ਤੇ ਜਾ ਜਾਂਦੇ ਹਾਂਗੇ ਸਹੀ ਗੱਲ ਆ ਬਾਈ ਜਿੰਨੇ ਬੰਦੇ ਕਬੂਤਰ ਹੁਣ ਵਿੱਚ ਬੰਦੇ ਦੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਬਾਈ ਵਿੱਚ ਸਾਨੂੰ ਭੈਣਾਂ ਦੇ ਵੀ ਫੋਨ ਆਉਂਦੇ ਆ ਬਹੁਤ ਦੇ ਠੀਕ ਆ ਮਾਤਾਵਾਂ ਦੇ ਬਜ਼ੁਰਗਾਂ ਦੇ ਕਨੇਡਾ ਅਮੈਰੀਕਾ ਕਿਉਂਕਿ ਹਰ ਕੰਟਰੀ ਦੇ ਵਿੱਚ ਪੰਜਾਬੀ ਹੈ ਹਰੇਕ ਕੰਟਰੀ ਦੇ ਵਿੱਚ ਸ਼ੌਂਕ ਆ ਬੰਦਿਆਂ ਨੂੰ ਅਤੇ ਉਹ ਸਾਨੂੰ ਫੋਨ ਲਾ ਕੇ ਅਕਸਰ ਇਹੀ ਗੱਲ ਕਰਦਾ ਵੀ ਕਬੂਤਰਬਾਜ਼ੀ ਹੈ ਜਿਹੜੀ ਵਧੀਆ ਯਾਰ ਜਵਾਕ ਸਾਡਾ ਇੰਡੀਆ ਰਹਿੰਦਾ ਅਤੇ ਅਸੀਂ ਉਹਨੂੰ ਇਹੀ ਕਿਹਾ ਵੀ ਤੈਨੂੰ ਪੈਸੇ ਭੇਜਾਂਗੇ ਮਹੀਨੇ ਦੇ ਜਿੰਨੇ ਮਰਜ਼ੀ ਕਬੂਤਰ ਰੱਖ ਲਾ ਕੁੱਕੜ ਰੱਖ ਲਾ ਕਿਉਂਕਿ ਉਹਨਾਂ ਨੂੰ ਪਤਾ ਬਾਈ ਜੇ ਜਵਾਕ ਨੂੰ ਸ਼ੌਂਕ ਉਹ ਮਾੜੇ ਪਾਸੇ ਜਾਂਦੇ ਹੀ ਨਹੀਂ ਕਿਉਂਕਿ ਜੇ ਵਿਹਲਾ ਹੋਊ ਤਾਂ ਭੱਜਿਆ ਫਿਰੂ ਮੈਂ ਕਹਿੰਦਾ ਜੇ ਕੰਮ ਨਹੀਂ ਕੋਈ 4 ਬਾਈ ਪਸ਼ੂ ਰੱਖ ਲਓ ਨਾਲ ਮੱਝਾਂ ਰੱਖ ਲਓ ਚਾਹੇ ਗਾਈਆਂ ਰੱਖ ਲਓ ਨਾਲ ਕਬੂਤਰਾਂ ਦਾ ਸ਼ੌਂਕ ਕਰੀ ਚੱਲੋ ਨਸ਼ੇ ਪੱਤੇ ਤੋਂ ਬਚੋਗੇ ਨਾਲੇ ਆਸ਼ਕੀ ਤੋਂ ਕੋਈ ਮਾੜੇ ਹੈ ਬੈਲ ਹੈ ਉਹ ਤੋਂ ਲੜਾਈ ਚੜ੍ਹਾਈ ਕਿਉਂਕਿ ਜਦੋਂ ਬੰਦੇ ਨੂੰ
ਜੇ ਤੁਸੀਂ ਫ੍ਰੀ ਹੋ ਤੁਹਾਡੇ ਕੋਲ ਟਾਈਮ ਆ ਤਾਂ ਬਾਈ ਸ਼ੌਂਕ ਜ਼ਰੂਰ ਰੱਖੋ ਕਿਸੇ ਨਾ ਕਿਸੇ ਚੀਜ਼ ਦਾ। ਹਾਂ ਟਾਈਮ ਹੈ ਨਹੀਂ ਕਿਸੇ ਕੋਲ ਉਹਨਾਂ ਬਾਈ ਕਮਾਉਣ ਨਾ ਘਰੇ ਰਹਿੰਦਾ ਬੰਦਾ ਪੂਰਾ ਪੂਰਾ ਟਾਈਮ ਆਉਂਦਾ ਹਰ ਇੱਕ ਬੰਦੇ ਕੋਲ। ਤੁਸੀਂ ਬਾਈ ਬਾਪੂ ਜੀ ਵੀ ਦੱਸ ਕੇ ਡਿਆ ਤੁਸੀਂ ਜ਼ਿਆਦਾਤਰ ਪਾਣੀ ਦੇ ਕਬੂਤਰ ਸਾਂਭਦੇ ਹੋ ਪਾਣੀ ਤੇ ਪਾਣੀ ਬਾਈ ਤੁਹਾਡੇ ਕੋਲ ਕਿਹੜੇ ਖਿਡਾਰੀ ਦਾ ਇਸ ਵਾਰ ਮੋਹਨ ਸੋਕ ਵਾਲਾ ਬਾਈ ਠੀਕ ਆ ਉਹਨਾਂ ਵਾਲਾ ਪਾਣੀ ਹੈ ਤੁਹਾਡੇ ਕੋਲ ਠੀਕ ਆ ਤੇ ਠੰਡਾ ਪਾਣੀ ਹੈ ਜਾਂ ਕਿਵੇਂ ਬਾਈ ਕਬੂਤਰ ਨੂੰ ਭੁੱਖ ਲਾ ਰੱਖਦਾ ਜਾਂ ਕਿਵੇਂ ਕਰਦਾ ਬਾਈ ਦੋਨੇ ਪਾਣੀ ਆ ਸਾਡੇ ਕੋਲੇ ਭੁੱਖ ਵਾਲਾ ਵੀ ਦੂਜਾ ਵੀ ਠੀਕ ਆ ਦੋ ਪਾਣੀ ਨੇ ਇਹ ਬਾਈ ਰੁੱਤ ਦੇ ਹਿਸਾਬ ਨਾਲ ਲਾਉਣੇ ਜਾਂ ਕਿਵੇਂ ਜਿਹੜੀ ਰੁੱਤ ਮਰਜ਼ੀ ਹੋਵੇ ਬਾਈ ਜਿਹੜਾ ਲੋਟਰਾ ਦੋ ਹੀ ਲਾਈਦਾ ਠੀਕ ਆ ਕੋਈ ਇਹੋ ਜਿਹੀ ਗੱਲਬਾਤ ਨਹੀਂ ਵੀ ਜੇ ਬਾ ਕਬੂਤਰ ਦੇਖ ਲਈਦਾ ਜਿਹੜਾ ਬਿੰਡਰ ਜਿਹਾ ਹੁੰਦਾ ਉਹਨੂੰ ਦੂਜਾ ਲਾ ਦੇਈਦਾ ਜਿਹੜਾ ਖਿੱਲ ਕਬੂਤਰ ਉਹਨੂੰ ਦੂਜਾ ਲਾ ਦੇਈਦਾ ਠੀਕ ਹੈ ਇੱਕ ਵਾਰੀ ਲਾਉਣੇ ਦੋ ਵਾਰੀ ਕਿੰਨੇ ਵਿੱਚ ਲੱਗਦਾ ਬਾਈ ਤੁਹਾਡਾ ਬਾਅਦ ਮੌਸਮੀਆਂ ਦੇਖ ਕੇ ਲਾ ਦੇਈਦਾ ਬਾਈ ਯਾਰ ਇੱਕ ਵਾਰੀ ਲਾਉਣੇ ਹਾਂ ਠੀਕ ਹੈ ਤੇ ਬਾਈ ਜਿਹੜਾ ਆਪਾਂ ਕਹਿ ਦਿੰਦੇ ਛਤਰੀਆਂ ਦਾ ਰੁਝਾਨ ਚੱਲਿਆ ਕਬੂਤਰਬਾਜ਼ੀ ਦੇ ਵਿੱਚ ਤੇ ਇਹ ਕਿਹੜੇ ਤੁਹਾਨੂੰ ਪਤਾ ਹੋਵੇ ਵੀ ਕਿਹੜੇ ਟਾਈਮ ਦੇ ਵਿੱਚ ਆ ਕੇ ਤੁਸੀਂ ਘਰੇ ਛਤਰੀ ਤੇ ਕੱਪੜਾ ਲਾਇਆ ਸੀ ਯਾਰ ਬਾਈ ਕੋਈ ਯਾਦ ਚੇਤੇ ਨਹੀਂ ਤੁਹਾਡੀ ਸ਼ੁਰਤ ਤੋਂ ਪਹਿਲਾਂ ਨਹੀਂ ਪਹਿਲਾਂ ਦਾ ਪਹਿਲਾਂ ਦੀਆਂ ਗੱਲਾਂ ਠੀਕ ਹੈ ਤੇ ਜਿਹੜੇ ਆਪਾਂ ਬਾਈ ਕਬੂਤਰਬਾਜ਼ੀ ਦੀ ਗੱਲ ਕਰੀਏ ਤੁਸੀਂ ਪਹਿਲ ਕਿਹੜੀ ਚੀਜ਼ ਨੂੰ ਨੇ ਕਬੂਤਰਬਾਜ਼ੀ ਨਸਲ ਨੂੰ ਸਾਂਭ ਸੰਭਾਲ ਨੂੰ ਜਾਂ ਖੇਡ ਨੂੰ ਵਧੀਆ ਮੰਨਦੇ ਹੋ ਐਂ ਨਾ ਬਾਈ ਕਬੂਤਰ ਵੀ ਜ਼ਿਆਦਾ ਹੋਵੇ ਖੇਡ ਪਾਣੀ ਵੀ ਤੇ ਕਬੂਤਰ ਸਮਾਂ ਚੰਗਾ ਹੋਵੇ ਸਾਰੇ ਪਾਸੇ ਕਬੂਤਰ ਚੰਗਾ ਹੋਣਾ ਚਾਹੀਦਾ ਜਾਤੋਂ ਵੀ ਚੰਗਾ ਹੋਣਾ ਚਾਹੀਦਾ ਖੇਡ ਵੀ ਚੰਗੀ ਹੋਣੀ ਚਾਹੀਦੀ ਆ ਤੇ ਸੰਭਾਲ ਵੀ ਚੰਗੀ ਚ ਹੋਣੀ ਚਾਹੀਦੀ ਆ ਫੇਰ ਹੀ ਜਾ ਕੇ ਕਬੂਤਰ ਬਾਜੀ ਕੱਢਦਾ ਬਾਈ ਹੁਣ ਤਾਂ ਬਾਜੀ ਬਾਹਲੇ ਦੂਰ ਦੇ ਘਰ ਹੋਏ ਪਏ ਆ ਵੀ ਬਾਜੀਆਂ ਜਿੰਨਾ ਬਦਾਮ ਬਾਈ ਤੁਸੀਂ ਕਿਹੜੇ ਪਾਉਂਦੇ ਹੋ ਜ਼ਿਆਦਾਤਰ ਕਬੂਤਰਾਂ ਅਸੀਂ ਬਾਈ ਕਾਗੀ ਬਦਾਮ ਪਾਉਂਦੇ ਆ ਜਿਹੜੇ ਹੱਥਾਂ ਜਣਾ ਕੱਢਦੇ ਹੱਥਾਂ ਨਾ ਹਾਂ ਕਿੱਥੋਂ ਲੈ ਕੇ ਆਉਣੇ ਨੇ ਬਾਈ ਇਹ ਜਗਰਾਮਾ ਤੋਂ ਲੈ ਕੇ ਆਉਣੇ ਨੇ ਬਾਈ ਜਗਰਾਮਾ ਤੋਂ ਕੀ ਰੇਟ ਦਿੱਤੇ ਆ ਐਤਕੀ ਐਤਕੀ ਮੈਂ ਤਾਂ ਉਹਨੇ 385 ਰੁਪਏ ਤੁਸੀਂ ਦਿੱਤੇ ਆ ਤੁਸੀਂ ਵੱਧ ਤੋਂ ਵੱਧ ਕਿੰਨੇ ਮੋਢ ਵਾਲੀ ਬਾਈ ਜਿੱਤੀ ਆ ਬਾਈ ਅੱਜ ਤੱਕ 32 ਸੋਲੀਆਂ ਵੀ ਛੱਡੀਆਂ 32 ਸੋਲੀਆਂ ਵੀ ਜਿੱਤੀਆਂ 52 ਸੋਲੀਆਂ ਵੀ ਜਿੱਤੀਆਂ ਨਾਮ ਕਿਹੜੇ ਕਿਹੜੇ ਨਾਮ ਤੇ ਕੂਲਰ ਕੂਲਰ ਜਿੱਤਿਆ ਬਾਈ ਠੀਕ ਹੈ ਚੇਲੇ ਕਿੰਨੇ ਕ ਬਣੇ ਪਏ ਬਾਈ 2.5 ਚੇਲੇ ਆ ਬਈ ਬਸ ਹਾਂਜੀ ਕਿੰਨੇ ਕਿੰਨੇ ਰੁਪਈਆਂ ਚ ਬਣੇ ਪਏ ਨਾ ਆਪਾਂ ਲੈਤਾ ਨਹੀਂ ਕੁਛ ਵੀ ਉਹ ਤਾਂ ਆਪਦੇ ਆਪ ਕੁਛ ਵੀ ਨਹੀਂ ਦੇਗੇ ਆਪਦੀ ਮਰਜ਼ੀ ਨੇ ਕੋਈ ਮਰਜ਼ੀ ਪਾਏ ਆਪਾਂ ਕਿਹਾ ਨਹੀਂ ਵੀ ਆਹ ਚੀਜ਼ ਦੇ ਦੇ ਬਹੁਤ ਵਧੀਆ ਗੱਲ ਆ ਬਾਈ ਸਹੀ ਪਰ ਅੱਜ ਆਇਆ ਜੀ ਆਪਾਂ ਆਪਦੇ ਘਰੇ ਕਬੂਤਰ ਘੱਟ ਛੱਡੇ ਆ ਚੇਲਿਆਂ ਨੂੰ ਦਿੱਤੇ ਬਿਆ ਚੇਲੇ ਨੂੰ ਆਹ ਚੇਲਾ ਬੈਠਾ ਆਪਣਾ ਮਗਰ ਇਹਨੂੰ ਕਬੂਤਰ ਦੇ ਕੇ ਇਹਨੂੰ ਬਾਜ਼ੀਆਂ ਜਿਤਾਈਆਂ ਇਹ ਕਿਹਾ ਫੇਰ ਆ ਵੀ ਗੁਰੂ ਫੇਰ ਆ ਬਈ ਚੇਲਾ ਵਾਂਗਾਂ ਜਿੱਤੂਗਾ ਚੇਲੇ ਨੇ ਨਾ ਬਣਾਉਣਾ ਹੁਣ ਕਿਉਂ ਅਸੀਂ ਆਪਦੇ ਘਰੇ ਗਜਾ ਕੇ ਆਪ ਛੱਡੀ ਜਾਂਦੇ ਬਾਜ਼ੀਆਂ ਹੁਣ ਚੇਲੇ ਦੇ ਘਰੇ ਗਿੱਜੇ ਕਬੂਤਰੇ ਬਾਜ਼ੀਆਂ ਜਿੱਤਿਆ 4-5 ਬਾਜ਼ੀ ਅਸਲ ਮੈਂ ਟਾਈਮ ਭਾਲਦੀ ਹੈ ਜਿਹਦੇ ਬੰਦੇ ਕੋਲ ਟਾਈਮ ਆ ਉਹ ਡਾ ਸਕਦਾ ਜਿਹਦੇ ਕੋਲ ਟਾਈਮ ਨਹੀਂ ਉਹਦੇ ਕੋਲ ਚਾਹੇ ਕਰੋੜਾਂ ਰੁਪਈਆ ਪਰ ਉਹ ਕਬੂਤਰਬਾਜ਼ੀ ਡਾ ਨਹੀਂ ਸਕਦਾ ਜਿੱਤ ਨਹੀਂ ਸਕਦਾ ਡਾ ਦਾ ਲੋਕ ਪਰ ਜਿੱਤੇ ਨਹੀਂ ਜਾਂਦੇ ਬਾਈ ਬਿਲਕੁਲ ਇਹ ਤਾਂ ਗੱਲ ਹੈ ਤੇ ਕੋਈ ਹੋਰ ਗੱਲਬਾਤ ਆਪਣੇ ਦਰਸ਼ਨਾਂ ਕਰਨੀ ਚਾਹੁੰਦੇ ਹੋ ਬਹੁਤ ਵਧੀਆ ਲੱਗਿਆ ਬਾਈ ਬਾਈ ਹੁਣਾਂ ਨੂੰ ਮਿਲ ਕੇ ਤੇ ਆਪਾਂ ਹੁਣ ਬਾਈ ਜੀ ਦੇ ਕਬੂਤਰ ਦਿਖਾਉਣੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੇ ਕਿਸੇ ਨੇ ਕੋਈ ਮੇਰੇ ਨਾਲ ਕੰਟੈਕਟ ਕਰਨਾ 98768-7879-87680-7-0879 ਸੰਪਰਕ ਕਰ ਸਕਦਾ ਕਿਉਂਕਿ ਪਹਿਲਾਂ ਬਾਈ ਗਰਮੀ ਬਹੁਤ ਸੀ ਅਸੀਂ ਕੋਈ ਇੰਟਰਵਿਊ ਤਾਂ ਨਹੀਂ ਕਰੀ ਇੱਕ ਤਾਂ ਗਰਮੀ ਸੀ ਇੱਕ ਘੁੰਮਣੀ ਦੀ ਬਿਮਾਰੀ ਆਲ ਪੰਜਾਬ ਦੇ ਵਿੱਚ ਆ ਚੁੱਕੀ ਹੈ ਅਤੇ ਸਾਨੂੰ ਡਰ ਸੀ ਵੀ ਕਿਸੇ ਗਰੀਬ ਦਾ ਭਰਾ ਦਾ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਕਿਉਂਕਿ ਹਰੇਕ ਨੂੰ ਬੰਦੇ ਵੀ ਸੱਦਣੇ ਪੈਂਦੇ ਆ ਜੇ ਨਹੀਂ ਸੱਦਦਾ ਤਾਂ ਗੁੱਸਾ ਹੁੰਦੇ ਆ ਨਾ ਬੱਚੇ ਕਿਹੋ ਕਰਦੇ ਪਈ ਚਿੱਟੇ ਕੱਢਦੇ ਖਟਕਾਂ ਦੇ ਪਈ ਲਾਲ ਦੁੱਖਾਂ ਠੀਕ ਆਪਦੇ ਵਰਗੀ ਨਾ ਚਿੱਟੀਆਂ ਨੇ ਨਾ ਬਾਈ ਕਾਲੀਆਂ ਨੇ ਅੱਖਾਂ ਦੋ ਰੰਗੀਆਂ ਜੀ ਅੱਖਾਂ ਨੇ ਇਹ ਬੱਚੇ ਕਿਹੋ ਜਿਹੇ ਕਰਦੇ ਬਈ ਇਹ ਕਾਲਸਰੇ ਕਾਲਗਾਂ ਨੇ ਕੱਢਦੇ ਆ ਇਹ ਕਬੂਤਰ ਕਬੂਤਰ ਇਹ ਕਿੱਥੋਂ ਆਏ ਬਾਈ ਆਪਣੇ ਕੋਲ ਇਹ ਮੋਂਟ ਤੋਂ ਪਤਾ ਹੈ ਇਹ ਮੋਂਟ ਨਹੀਂ ਦਦਾ ਇਹ ਕੋਈ ਲੱਗਿਆ ਲਗਾ ਬਾਈ ਜੋੜਾ ਹਾਂ ਨਾ ਨਾ ਦੋਟਾ ਬਾਈ ਦੋਟ ਨਹੀਂ ਵੀਰੇ ਲਾਏ ਗਏ ਨਾ ਬਾਈ ਨੇ ਨਾ ਨਾ ਦੋਟਾ ਦੋਟਾ ਬਾਈ ਨੇ ਆ ਗਿਆ ਬਾਈ ਤੇ ਕਿ ਕਰ ਮਾਟਰ ਆ ਬਾਈ ਇਹ ਕਿ ਮੈਂ ਮਨੇ ਵੀ ਇਹ ਸਰਵੇ ਤੋਂ ਆਇਆ ਹੈ ਸਮਾਲ ਤੋਂ ਸਮਾਲ ਕਰ ਰਿਹਾ ਸਰਵੇ ਤੋਂ ਤੁਹਾਡੇ ਨਾਲ ਇਹਨੇ ਕਿ ਇਹਦੇ ਨਾਲ ਕਿਹੜੇ ਬਲੱਡ ਲਾਇਆ ਪਿਆ ਜੱਦੀ ਹੈਡ ਲਾਈਨ ਤੋਂ ਨੂੰ ਬੋਲਦੇ ਕਿ ਕਰ ਮਾਟਰ ਲਾਇਆ ਉਹ ਵਾਲੇ ਕਿ ਕਰ ਮਾਟਰ ਲਾਇਆ ਬਾਬੇ
ਦਾਣੇ ਖਾਂਦੇ ਆ ਵੀ।
चलो ठीक है सत श्री अकाल जी सारे बहुत जल्दी अगले इंटरव्यू लेके मिलते हैं तद तक सत श्री अकाल जी।